ਸਭ ਤੋਂ ਪਹਿਲੀ ਵਾਰ ਗੀਤ ਜਿਹੜਾ ਪਿੰਡ ਪਹਿਰਾ ਲੱਗਦਾ ਕਦੋਂ ਤੁਸੀਂ ਸੁਣਿਆ ਉਹ ਮੰਨਦੇ ਦੇਖੋ ਐਗਜੈਕਟ ਡੇਟ ਦੱਸਣੀ ਬਹੁਤ ਮੁਸ਼ਕਲ ਆ ਜੇਗੀ ਅਪਰੋਕਸੀਮੇਟ ਹੈ ਕਿ 90 ਦੇ ਜਾਂ ਇਨਫੋਰਮਲੀ ਅਸੀਂ 90 ਨੂੰ ਸੁਣ ਲਿਆ ਸੀ ਜਮੇ ਅਸੀਂ ਉਦੋਂ ਦੇ ਗਾਉਂਦੇ ਸੀ ਗਾ ਹੀ ਰਿਹਾ ਸੀ ਨਾ ਉਹ ਰਿਕਾਰਡ 90 ਵਿੱਚ ਹੁੰਦਾ ਨਹੀਂ ਰਿਕਾਰਡ ਕਿ ਐਵੇਂ ਪਤਾ ਨਹੀਂ ਕੌਣ ਕਹਿੰਦਾ 90 ਵਿੱਚ ਕੌਣ ਕਹਿੰਦਾ ਹੁੰਦਾ ਹੁਣ ਉਹ ਜਿਹੜੀ ਡੇਟ ਹੈ 97 99 ਦੀ ਤੁਸੀਂ ਤੁਸੀਂ 95 'ਚ ਕਿਉਂ ਨਹੀਂ ਜਾਂਦੇ? ਹੂੰ ਤੁਸੀਂ 99 'ਚ ਕਿਉਂ ਆ ਜਾਂਦੇ ਹੋ? ਹੂੰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੀ ਉਹ 95 ਵਾਲੀ ਕੈਸਟ ਸੀਗੀ ਉਹਦੇ ਵਿੱਚ ਜਦੋਂ ਜੋ ਗੀਤ ਰਿਕਾਰਡ ਹੋਇਆ ਹੋਇਆ ਹੈ ਕੋਈ ਬੰਦਾ 97 'ਚ ਕਿਵੇਂ गा ਸਕਦਾ? ਉਹਨਾਂ ਨੇ ਇਹ ਗੀਤ ਸ਼ਾਇਦ ਇਹ ਬਿੱਲੇ ਦੀ ਖੁਸ਼ਕਿਸਮਤੀ ਹੈ। ਇਸ ਕੰਟਰੋਵਰਸੀ ਦੇ ਬਹਾਨੇ ਲੋਕਾਂ ਨੇ ਸੁਣ ਲਿਆ। ਉਦੋਂ ਵੇ ਸੁਣਿਆ ਹੀ ਨਹੀਂ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਪਤਾ ਲੱਗਿਆ ਤੁਹਾਨੂੰ ਕਿ ਗੁਰਪ੍ਰੀਤ ਬਿੱਲੇ ਨੇ ਇਹ ਗੀਤ ਗਾਇਆ ਤੇ ਰਾਜੀ ਸਲਾਣਾ ਨੇ ਲਿਖਿਆ ਹੋਇਆ ਪਿੰਡ ਪਹਿਰਾ ਲੱਗਦਾ ਮੈਂ ਹੁਣ ਸੁਣਿਆ ਯਾਰ ਆ ਰੌਲੇ ਤੋਂ ਬਾਅਦ ਵੀ 22 ਸਾਲ ਬਾਅਦ ਪਤਾ ਲੱਗਦਾ ਕਿਸੇ ਨੂੰ ਪਤਾ ਹੈ ਤੁਹਾਨੂੰ ਪਤਾ ਲੱਗਿਆ ਨਹੀਂ ਸਾਨੂੰ ਹੁਣ ਜਿਹੜੇ ਬੰਦਿਆਂ ਨੇ ਇਹ ਇਸ਼ੂ ਠਾਇਆ ਉਹਨਾਂ ਨੂੰ ਪਤਾ ਸੀਗਾ ਨਹੀਂ ਅਸਲ ਦੇ ਵਿੱਚ ਇਸ਼ੂ ਜਿਹੜਾ ਹੈ ਕਿਸੇ ਖਾਸ ਸਿਆਸਤਜੀ ਦੇ ਵਿੱਚ ਜਿਹੜੀ ਇਹਨਾਂ ਗਾਇਕਾਂ ਦੀ ਹੁੰਦੀ ਹੈ ਮੇਬੀ ਉਹਦੇ ਚੋਂ ਜਾਂ ਕਿਸੇ ਨੇ ਟੀਆਰਪੀ 2 ਟੀਆਰਪੀ ਦੇ ਚੱਕਰ ਚ ਇਹ ਕਰ ਲਿਆ ਹੋਵੇ ਕਾਲੇ ਕਛਿਆਣਾਂ ਦੀ ਲਹਿਰ ਚਲਦੀ ਸੀ ਉਹ ਕਾਲੇ ਕਛਿਆਣਾਂ ਦੀ ਲਹਿਰ ਦੇ ਵਿੱਚੋਂ ਸੀ ਸੋਚਿਆ ਕਿ ਯਾਰ ਇਹ ਕੀ ਮਤਲਬ ਅਸੀਂ ਉਹੇ ਵਿਚਾਰ ਕੀਤੀ ਵੀਰ ਗਵਰਨਮੈਂਟ ਦੀ ਡਿਊਟੀ ਬਣਦੇ ਆ ਮੁੰਡੇ ਮੋੜਾਂ ਤੇ ਖੜਾਏ ਹੋਏ ਨੇ ਇਹਨਾਂ ਨੇ ਹੈਨਾ ਇਹ ਸਰਕਾਰ ਤਾਂ ਬਿਲਕੁਲ ਆਪਣੀ ਰਿਸਪੋਨਸਿਬਿਲਟੀ ਤੋਂ ਬਰੀ ਹੋ ਗਈ ਵੀਰ ਤੁਸੀਂ ਆਪਣਾ ਜਿੰਮੇ ਦਾ ਬਚਾਅ ਹੁੰਦਾ ਕਰ ਲਓ ਨਹੀਂ ਹੁੰਦਾ ਤੇ ਨਾ ਕਰੋ ਉਹਦੇ ਚੋਂ ਰਾਣਾ ਜੀ ਕੀ ਹੋਇਆ ਕਿ ਇੱਕ ਗੀਤ ਰੱਖਿਆ ਤਾਂ ਸੀਗਾ ਤੇ ਕੋ ਸਰਕਾਰ ਤੇ ਅਟੈਕ ਕਰਨ ਨੂੰ ਹੁਣ ਬੱਪੂ ਉਵੇਂ ਦਾ ਥੋੜਾ ਅਟੈਕ ਕਰ ਸਕਦਾ ਜਿਵੇਂ ਮੈਂ ਕਰਦਾ ਮੇਰਾ ਆਪਣੀ ਟੋਨ ਹੈ ਬੱਬੂ ਦੀ ਆਪਣੀ ਟੋਨ ਆ ਉਹਨੇ ਗੱਲ ਜੇ ਰਮਾਂਸ ਦੀ ਵੀ ਕਰਦਾ ਤਾਂ ਉਹਦੇ ਵਿੱਚ ਇੱਕ ਸਟਾਇਲ ਜਿਹੜੀ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇ ਵਾਲਾ ਵਰਸਸ ਬੱਬੂ ਮਾਨ ਵਾਲੀ ਕਹਾਣੀ ਉਹਦੇ ਫੈਨਸ ਨੇ ਦੂਜੇ ਪਾਸੇ ਦੂਜੇ ਫੈਨਸ ਨੇ ਕੱਲਾ ਇੱਕ ਗੀਤ ਨਹੀਂ ਮਾਸਟਰ ਜੀ ਹੋਰ ਬਹੁਤ ਸਾਰੇ ਗੀਤਾਂ ਦੀ ਗੱਲ ਹੋ ਰਹੀ ਹੈ ਇਹ ਗੱਲ ਹੈਗੀ ਹੈ ਕਿ ਬੰਬੂ ਮਾਨ ਉਹਰੀ ਬਹੁਤ ਕਿ ਚਰਚਿਤ ਹੋਇਆ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਨਾਮ ਜੋੜ ਕੇ ਟੀਆਰਪੀ ਗੇਮ ਦਾ ਵੀ ਹੁੰਦਾ ਹੈ ਇਹ ਮੈਨੂੰ ਲੱਗਦਾ ਹੈ ਕਿ ਅਸਲ ਚ ਚੱਕਰ ਬਹੁਤਾ ਇਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਸਮਰਾਲਾ ਤੇ ਸਾਡੇ ਨਾਲ ਨੇ ਮਾਸਟਰ ਤਰਲੋਚਨ ਸਿੰਘ ਮਾਸਟਰ ਤਰਲੋਚਨ ਸਿੰਘ ਰੰਗਮੰਚ ਦੇ ਉੱਗੇ ਕਲਾਕਾਰ ਨੇ ਫਿਲਮ ਹਸ਼ਰ ਅਤੇ ਫਿਲਮ ਇਕਮ ਦੇ ਰਾਈਟਰ ਨੇ ਬੱਬੂ ਮਾਨ ਹੋਰਾਂ ਦੇ ਨਾਲ ਸਾਂਝ ਮਾਸਟਰ ਤਰਲੋਚਨ ਸਿੰਘ ਦੀ ਤਿੰਨ ਦਹਾਕਿਆਂ ਤੋਂ ਵੀ ਵੱਧ ਪੁਰਾਣੀ ਐ ਬੱਬੂ ਮਾਨ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ ਇੱਕ ਕੰਟਰੋਵਰਸੀ ਵੀ ਚੱਲ ਰਹੀ ਆ ਉਹਦੇ ਬਾਰੇ ਵੀ ਕਲੈਰਟੀ ਲਵਾਂਗੇ ਮਾਸਟਰ ਜੀ ਸਵਾਗਤ ਆ ਤੁਹਾਡਾ ਜੀ ਆਇਆਂ ਮਾਸਟਰ ਜੀ ਬੱਬੂ ਮਾਨ ਸੁਪਰਸਟਾਰ ਨੇ ਬਹੁਤ ਚਰਚਿਤ ਨਾਮ ਐ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਚਾਹੇ ਗੀਤਾਂ ਦੀ ਗੱਲ ਕੀਤੀ ਜਾਵੇ ਸ਼ੁਰੂਆਤ ਜਿਹੜੀ ਹੈ ਉਸੇ ਗੱਲ ਤੋਂ ਕਰਦੇ ਆਂ ਜੋ ਇਨੀ ਦਿਨੀ ਕਾਫੀ ਚਰਚਾ ਦੇ ਵਿੱਚ ਐ ਸੋਸ਼ਲ ਮੀਡੀਆ ਤੇ ਕਿ ਇੱਕ ਉਹਨਾਂ ਦਾ ਗੀਤ ਪਿੰਡ ਪੈਰਾ ਲੱਗਦਾ ਤੂੰ ਮੇਰੀ ਮਿਸ ਇੰਡੀਆ ਕੈਸਟ ਦੇ ਵਿੱਚ ਆਇਆ 1999 ਦੇ ਵਿੱਚ ਪਰ ਚਰਚਾ ਇਹ ਹੈ ਕਿ ਗੁਰਪ੍ਰੀਤ ਬਿੱਲਾ ਹੋਰਾਂ ਦੇ ਵੱਲੋਂ ਵੀ ਇਹ ਗੀਤ ਗਾਇਆ ਗਿਆ ਤੇ 1997 ਦੇ ਵਿੱਚ ਗਾਇਆ ਗਿਆ ਇਹ ਬਹੁਤ ਸਾਰੇ ਕੰਟਰੋਵਰਸੀਆਂ ਨੇ ਤੁਸੀਂ ਬਹੁਤ ਪੁਰਾਣੇ ਹੋਮ ਬੱਬੂ ਮਾਨ ਹੋਰਾਂ ਦੇ ਨਾਲ ਸਾਂਝ ਬਹੁਤ ਪੁਰਾਣੀ ਆ ਤੁਹਾਡੀ ਇਹ ਗੀਤ ਬੱਬੂ ਮਾਨ ਹੋਰੀ ਕਦੋਂ ਤੋਂ ਗਾਉਂਦੇ ਆ ਰਹੇ ਹੋ ਰਣਜ ਗੀਤ ਬੱਬੂ ਮਾਨ ਦੇ ਜਿਹੜੇ ਬਹੁਤ ਪਹਿਲਾਂ ਦੇ ਗੀਤ ਨੇ ਉਹਨਾਂ ਚੋਂ ਇੱਕ ਹੈ ਜੀ ਇਸ ਗੀਤ ਦੇ ਲਿਖਣ ਦੇ ਵੇਲੇ ਅਸੀਂ ਆਪਣੀ ਸੰਸਥਾ ਜਿਹੜੀ ਆਰਟ ਸੈਂਟਰ ਸਮਰਾਲਾ ਸੀਗੀ ਜੀ ਜੀ ਉਹਦੇ ਚ ਜੁੜੇ ਵੀ ਹੋਏ ਸੀਗੇ ਇੱਕ ਦੂਜੇ ਦੀ ਹਰ ਇੱਕ ਐਕਟੀਵਿਟੀ ਸਾਡੇ ਆਪਸ ਵਿੱਚ ਅਸੀਂ ਸ਼ੇਅਰ ਕਰਦੇ ਸੀਗੇ ਤੇ ਇਸ ਗੀਤ ਨੂੰ ਬੱਬੂ ਨੇ ਬਹੁਤ ਪੁਰਾਣਾ ਗਾਇਆ ਜੀ ਤੇ ਮੈਨੂੰ ਨਹੀਂ ਪਤਾ ਕਿ ਕਦੋਂ ਕੀਨੇ ਕਿਵੇਂ ਕਿਸੇ ਹੋਰ ਨੇ ਗਾਤਾ ਇਹ ਠੀਕ ਹੈ ਕਿ ਬਹੁਤ ਪਪੂਲਰ ਜਾ ਕੇ ਜੀ ਉਹ ਉਦੋਂ ਹੁੰਦਾ ਜਦੋਂ ਉਹਦੀ ਕੈਸਟ ਕੈਟ੍ਰਿਕ ਚ ਆ ਜਾਂਦੀ ਹੈ ਪਰ ਇਹ ਗੀਤ ਪਹਿਲਾਂ ਦਾ ਲਿਖਿਆ ਪਹਿਲਾਂ ਦਾ ਗਾਇਆ ਮੈਂ ਉਹਦਾ ਚਸ਼ਮਦੀਦ ਵੀ ਹਾਂ ਤੇ ਬੀਇੰਗ ਆਰਟ ਸੈਂਟਰ ਡਾਇਰੈਕਟਰ ਫਾਊਂਡਰ ਡਾਇਰੈਕਟਰ ਮੈਂ ਇਹ ਕਹਿ ਸਕਦਾ ਕਿ ਇਸ ਕੰਟਰੋਵਰਸੀ ਚ ਕੋਈ ਦਮ ਨਹੀਂ ਹੈ ਬਬੂ ਮਾਨ ਹੋਰੀ ਆਰਟ ਸੈਂਟਰ ਨੂੰ ਕਦੋਂ ਜੁਆਇਨ ਕਰਦੇ ਨੇ ਇਹ ਜਦ ਫਾਊਂਡਰ ਮੈਂਬਰ ਨੇ ਜਿੱਦਣ ਅਸੀਂ ਪਹਿਲੀ ਮੀਟਿੰਗ ਕੀਤੀ ਐ ਸਮਰਾਲੇ ਜੀ ਉਹ ਬੱਬੂ ਹੋ ਗਿਆ ਪਵਨ ਹਰਵੰਸ ਪੰਦੇਰ ਡਾਕਟਰ ਛਾਈ ਸਾਡੇ ਜਨਨ ਸਕੱਤਰ ਬਣੇ ਮੈਂ ਸੀ ਜੋ ਡਾਇਰੈਕਟਰ ਜਿਹੜੀ 90 ਦੀ ਗੱਲ ਹੈ ਇਹ ਟੈਂਟੇਟਿਵਲੀ ਐਗਜ਼ੈਕਟ ਮੇਰੇ ਕੋ ਰਜਿਸਟਰ ਕਿਤੇ ਨਾ ਕਿਤੇ ਕਾਰਵਾਈ ਦਾ ਪਿਆ ਹੈ ਇਸ ਵੇਲੇ ਸ਼ਾਇਦ ਸੰਭਵ ਨਹੀਂ ਹੋਊਗਾ ਇਹ 90s ਦੀ ਗੱਲ ਹੈ ਅਸੀਂ ਜਾਣਦੇ 90 ਤੋਂ ਪਹਿਲਾਂ ਸੀ ਹੂੰ ਪਰ ਇੱਕ ਸੰਸਥਾ ਦਾ ਰੂਪ ਜਦੋਂ ਅਸੀਂ ਸਾਰਿਆਂ ਨੇ ਬਹੁਤ ਇਨਫੋਰਮਲ ਵਿਚਾਰ ਵਿਚਾਰ ਕੇ ਕੀਤਾ ਜੀ ਤੇ ਉਹ ਫਿਰ ਅਸੀਂ ਜਿਹੜਾ ਹੈਗਾ 90s ਦੇ ਵਿੱਚ ਕਿਸੇ ਦਿਨ ਜੀ 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 ਫਿਰ ਤੁਸੀਂ ਕੀ ਸ਼ੁਰੂਆਤ ਕੀਤੀ ਨਾਟਕ ਖੇੜਨੇ ਸ਼ੁਰੂਆਤ ਕੀਤੀ ਨਹੀਂ ਅਸਲ ਦੇ ਵਿੱਚ ਕੀ ਸੀਗਾ ਕਿ ਇਹ ਸੰਸਥਾ ਦਾ ਬੜਾ ਆਪਣਾ ਬਲੱਖਣ ਤਰੀਕਾ ਹੈ ਜੀ ਅਸੀਂ ਸੱਤ ਵਿੰਗ ਬਣਾਏ ਇਹਦੇ ਮੰਨ ਲਓ ਹਰਵੰਸਪੰਦੀਰ ਨੇ ਜੀ ਉਹ ਭੰਗੜੇ ਦਾ ਕੋਚ ਆ ਉਹਨੂੰ ਹੌਲੀ-ਸੌਲੀ ਦੇ ਦਿੱਤਾ ਕਿ ਤੁਸੀਂ ਲੋਕਨਾਚ ਨਾਲ ਜੁੜੇ ਹੋਏ ਸਾਰੇ ਜਿਹੜੇ ਕਾਰਜ ਨੇ ਉਹ ਤੁਹਾਡੀ ਨਿਰਦੇਸ਼ਨਾ ਹੇਠ ਤੁਹਾਡੀ ਪਲੈਨਿੰਗ ਨਾਲ ਹੋਣਗੇ ਹੂੰ ਹੂੰ ਜਿਹੜਾ ਗੀਤ ਦਾ ਗੀਤ ਸੰਗੀਤ ਦਾ ਵਿੰਗ ਸੀਗਾ ਉਹ ਸਾਡੇ ਕੋਲ ਇੱਕ ਬੱਬੂ ਸੀ ਉਦੋਂ ਤੇ ਉਹਦੇ ਨਾਲ ਹੀ ਸੀਗੇ ਜਿਹੜੇ ਪਵਨਦੀਪ ਜੀ ਸੜੇ ਬਹੁਤ ਪ੍ਰਸਿੱਧ ਉਸ ਟਾਈਮ ਸਗੋਂ ਬਹੁਤ ਮੰਨੇ ਪਰਮੰਨੇ ਸੀ ਜੀ ਇਵੇਂ ਡਾਕਟਰ ਸ਼ਾਹੀ ਹੋਰਾਂ ਨੇ ਕਪਤਾ ਵਿੰਗ ਲਿਆ ਸਤਪਾਲ ਮਾਛੀਵਾੜਾ ਨੇ ਪੇਂਟਿੰਗ ਆਰਟ ਦਾ ਵਿੰਗ ਲਿਆ ਰਕੇਸ਼ ਗੁਪਤਾ ਨੂੰ ਜਿਹੜੀ ਅਲਾਉਟ ਕੀਤੀ ਗਈ ਉਹ ਸੀ ਮੈਜਿਕ ਆਰਟ ਦਾ ਵਿੰਗ ਇਵੇਂ ਕਪਤਾ ਦਾ ਡੈਕਲਾਮੇਸ਼ਨ ਦਾ ਮੇਰੇ ਕੋਲ ਥੀਏਟਰ ਵਿੰਗ ਵੀ ਸੀ ਤੇ ਮੇਰੇ ਕੋਲ ਨਾਲ ਦੀ ਨਾਲ ਇਹ ਦੇ ਡਾਇਰੈਕਟਰ ਦੇ ਤੌਰ ਤੇ ਉਹ ਨਿਸ਼ੋਲੀ ਅਸੀਂ ਅਸੀਂ ਪ੍ਰੋਗਰਾਮ ਜਦੋਂ ਕਰਦੇ ਸੀਗੇ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਜਿਹੜੀ ਇੱਕ ਪਹਿਲਾਂ ਕਰ ਰਿਹਾ ਸੀਗਾ ਕਿ ਇਹ ਸੀਗਾ ਕਿ ਮੰਨ ਲਓ ਮੈਂ ਥੀਏਟਰ ਕਰਨਾ ਜਿਸ ਤਰੀਕੇ ਦਾ ਜਿਸ ਟੋਨ ਦਾ ਜਿਸ ਵਿਚਾਰਧਾਰਾ ਦਾ ਕਰਨਾ ਉਹ ਮੈਨੂੰ ਕੋਈ ਰੋਕ ਨਹੀਂ ਹੈ ਮੈਂ ਆਪਣੇ ਤਰੀਕੇ ਨਾਲ ਕਰੂੰਗਾ ਹੂੰ ਜਿਵੇਂ ਕਿਸੇ ਨੇ ਕੋਈ ਭੰਗੜਾ ਪਾਉਣਾ ਹੈ ਉਹਨੇ ਭੰਗੜਾ ਕੱਢਣਾ ਹੈ ਜਾਂ ਗੋ ਕੱਢਣੀ ਹੈ ਜੋ ਵੀ ਕਰਨਾ ਹੈ ਉਹ ਉਹਦਾ ਆਪਣੀ ਪਲੈਨਿੰਗ ਹੈ ਐਵੇਂ ਗੀਤਕਾਰੀ ਦਾ ਵਿੰਗ ਜਿਹੜਾ ਸੀਗਾ ਉਹਨਾਂ ਨੇ ਆਪਣੀ ਪਲੈਨਿੰਗ ਕਰਨੀ ਆ ਹਾਂ ਇਹ ਠੀਕ ਸੀਗਾ ਲੱਚਰ ਅਸੀਂ ਨਹੀਂ ਸਿਕਾਉਂ ਦਿੰਦੇ ਹੂੰ ਹੂੰ ਉਦੋਂ ਨਹੀਂ ਸਿਕਾਉਂ ਦਿੰਦੇ ਠੀਕ ਹੈ ਤੇ ਇਹਦੇ ਚ ਜਿਹੜਾ ਗੀਤਾਂ ਦਾ ਵਿੰਗ ਸੀਗਾ ਉਹ ਤੇ ਬੱਬੂ ਨੇ ਆਪਣੀ ਆਪਸ਼ਨ ਦਿੱਤੀ ਕਿ ਮੈਂ ਗੀਤ ਜਾਂ ਗਾਇਕੀ ਦੇ ਨਾਲ ਜੁੜਨਾ ਚਾਹੁੰਦਾ ਜੀ ਅਲਟੀਮੇਟਲੀ ਜਿਸ ਕਰਕੇ ਮੈਨੂੰ ਗੀਤਾਂ ਦੇ ਵਿੱਚ ਜਿਹੜੀ ਹੈਗੀ ਆ ਮੈਂ ਕੰਮ ਕਰਦਾ ਸੀ ਕਿੰਨੇ ਕੋਈ ਪ੍ਰੋਗਰਾਮ ਪਿੰਡਾਂ ਚ ਉਹਨਾਂ ਦਿਨਾਂ ਚ ਕੀਤੇ ਜਾਂ ਉਹਨਾਂ ਸਾਲਾਂ ਚ ਕੀਤੇ ਬਹੁਤ ਕੀਤੇ ਆ ਮੈਂ ਤੁਹਾਨੂੰ ਵੱਡੇ ਪ੍ਰੋਗਰਾਮ ਦੋ ਚਾਰ ਜਰੂਰ ਪਹਿਲਾਂ ਮੈਂ ਕਹਣਾ ਦੂੰਗਾ ਹੂੰ ਕਿ ਉਹ ਮਾਹੌਲ ਉਦੋਂ ਬਹੁਤ ਖਰਾਬ ਸੀਗਾ ਜੀ ਤੁਸੀਂ ਸਿਆਣੇ ਹੋ ਉਹਨਾਂ ਦਿਨਾਂ ਦੇ ਵਿੱਚ ਅਸੀਂ ਦਿਲਮਨ ਪੈਲੈਸ ਹੁੰਦਾ ਸੀਗਾ ਇੱਥੇ ਚਾਵਾ ਰੋਡ ਤੇ ਜੀ ਉਹ ਫੁੱਲ ਪੈਲੈਸ ਕਿਰਾਏ ਤੇ ਲੈਂਦੇ ਸੀਗੇ ਲੋਕਾਂ ਨੂੰ ਬੁਲਾਉਂਦੇ ਸੀ ਉੱਥੇ ਸੱਤੇ ਵਿੰਗ ਆਪਣੀ ਪਰਫਾਰਮੈਂਸ ਦਿੰਦੇ ਸੀਗੇ ਹਮ ਫਰੀਮ ਫ੍ਰੀ ਹੁੰਦਾ ਸੀ ਜਾਂ ਕੋਈ ਟਿਕਟ ਚਾਰजेस ਹੁੰਦੇ ਸੀ ਨਹੀਂ ਨਹੀਂ ਟਿਕਟ ਵਗੈਰਾ ਤਾਂ ਨਹੀਂ ਪਰ ਫਿਰ ਵੀ ਅਸੀਂ ਡੋਨੇਸ਼ਨ ਜ਼ਰੂਰ ਲੈਂਦੇ ਸੀ ਜਾਂ ਕਹਿੰਦੇ ਸੀਗੇ ਕਿਉਂਕਿ ਇੰਨੇ بڑے ਖਰਚੇ ਲਸ਼ਕੋਰਾਂ ਸਾਡਾ ਪਹਿਲਾ ਪ੍ਰੋਗਰਾਮ ਸੀਗਾ ਤੇ ਜਿਹੜਾ ਸਤਰੰਗੀ ਪਿੰਗ ਦੂਜਾ ਉਹ ਸਿਨੇਮੇ ਦਾ ਪ੍ਰੋਗਰਾਮ ਸੀਗਾ ਬੱਬੂ ਮਾਨ ਹੋਰੀ ਗੀਤ ਗਾਉਂਦੇ ਸੀ ਸਾਰ ਗਾਉਂ ਨਹੀਂ ਦੇਖੋ ਜਿਹੜਾ ਬੰਦਾ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਇਹ ਹੋਣਾ ਕਿ ਜ਼ਿੰਮੇਵਾਰੀਆਂ ਲੱਗਣੀਆਂ ਕਿ ਤਰਲੋਚਨ ਸਿੰਘ ਆ ਕਰੂਗਾ ਡਾਕਟਰ ਹਰਦੀਪ ਸ਼ਾਹੀ ਆ ਕਰੂਗਾ ਜਤਿੰਦਰ ਆ ਕਰੂਗਾ ਇਹ ਸਾਰੀਆਂ ਜ਼ਿੰਮੇਵਾਰੀਆਂ ਲੱਗਣ ਬੱਬੂ ਤੇ ਵੀ ਲੱਗਦੇ ਸੀਗੀਆਂ ਠੀਕ ਹੈ ਅੱਛਾ ਜਿਵੇਂ ਮੰਨ ਲਓ ਲਾਲੀ ਹੋਰੀ ਹੁੰਦੇ ਸੀਗੇ ਖੰਨੇ ਦੇ ਉਹਨਾਂ ਨੂੰ ਇਹ ਅੰਦਾਜ਼ਾ ਸੀ ਕਿ ਭੰਗੜੇ ਦਾ ਢੋਲੀ ਕਿੱਥੋਂ ਲਿਆਉਣਾ ਹੈ ਉਹ ਕਿੱਥੋਂ ਕਰਨਾ ਹੈ ਬੱਬੂ ਉਹਤ ਵਰ ਬੋਲੀਆਂ ਤੇ ਵੀ ਇਸ ਤਰ੍ਹਾਂ ਅਸੀਂ ਵੰਡ ਕੇ ਕੰਮ ਕਰਦੇ ਸੀਗੇ ਸਭ ਤੋਂ ਸਭ ਤੋਂ ਪਹਿਲੀ ਵਾਰ ਗੀਤ ਜਿਹੜਾ ਪਿੰਡ ਪਹਿਰਾ ਲੱਗਦਾ ਕਦੋਂ ਤੁਸੀਂ ਸੁਣਿਆ ਉਹ ਮਾਨਤ ਦੇਖੋ ਐਗਜੈਕਟ ਡੇਟ ਦੱਸਣੀ ਬਹੁਤ ਮੇਰੇ ਖਿਆਲੋਂ ਆ ਜਾਏਗੀ ਅਪਰੋਕਸੀਮੇਟ ਹੈ ਕਿ 99 ਦੇ ਜਾਂ ਇਨਫਾਰਮਲੀ ਅਸੀਂ 90 ਨੂੰ ਵੀ ਸੁਣ ਲਿਆ ਸੀ ਜਿਵੇਂ ਅਸੀਂ ਉਦੋਂ ਦੇ ਦੌਂਦੇ ਸੀਗੇ ਹਾਂ ਗਾ ਹੀ ਰਹੇ ਸੀ ਨਾ ਉਹ ਤਾਂ ਰਿਕਾਰਡ 99 ਚ ਹੁੰਦਾ ਨਹੀਂ ਰਿਕਾਰਡ ਵੀ ਇਹ ਐਵੇਂ ਪਤਾ ਨਹੀਂ ਕੌਣ ਕਹੀ ਜਿਹੜੇ 99 ਚੋਂ ਕੌਣ ਕਹਿੰਦਾ ਹੁੰਦਾ ਤੂੰ ਮੇਰੀ ਮਿਸ ਇੰਡੀਆ ਕੈਸਟ ਦੇ ਵਿੱਚ ਗੀਤ ਬਾਤ ਚਾਹੀਏ ਕੈਸਟ ਜੀ ਇਹ ਰਿਕਾਰਡ ਤਾਂ ਅਸਲ 93 95 ਤੱਕ ਬੱਬੂ ਸਾਡੇ ਕੋਲ ਰਿਹਾ ਫਿਰ ਉਹ ਯੂਨੀਵਰਸਿਟੀ ਚਲਾ ਗਿਆ ਜਦੋਂ ਯੂਨੀਵਰਸਿਟੀ ਜਾਊਗਾ ਹੋਸਟਲ ਰਹਿਊਗਾ ਨਹੀਂ ਤੇ ਲਿਆ ਕੇ ਡੇ ਟੂ ਡੇ ਸਰਗਰਮੀਆਂ ਨਾਲ ਬਾਹਰ ਹੀ ਰਹੂਗਾ ਉਹ ਗੀਤ ਆਉਂਦਾ ਮੈਂ ਤੁਹਾਨੂੰ ਉਹ ਵੀ ਦੇ ਸਕਦਾ ਕਿ 94 ਦੇ ਵਿੱਚ ਜੀ ਜਦੋਂ ਅਸੀਂ ਕਕਰਾਲੇ ਪ੍ਰੋਗਰਾਮ ਕੀਤਾ ਅਸੀਂ ਮੰਟੋ ਦੀ ਜਾਂਚ ਕਰਦੇ ਸੀ ਨਾ ਮੈਂ ਕਿਸੇ ਹੋਰ ਪ੍ਰੋਗਰਾਮ 'ਚ ਜ਼ਿਕਰ ਵੀ ਕੀਤਾ ਸੀਗਾ ਜੀ ਜੀ ਉਹਦੇ 'ਚ ਇਹਦੇ ਗੀਤ ਨੂੰ ਉਚੇਚਾ ਖਬਰਾਂ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਮਤਲਬ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਉਹਦੇ ਵਿੱਚ ਲਿਖਿਆ ਗਿਆ ਲਿਖਿਆ ਗਿਆ ਇਹ 93 ਤੱਕ ਦਾ ਇਹ ਗੀਤ ਦੀ ਪੂਰੀ ਹਾਈਟ ਬਣ ਗਈ ਸੀ ਠੀਕ ਹੈ ਜਿਹੜੇ ਪ੍ਰੋਗਰਾਮ ਹੁੰਦੇ ਸੀ ਚਾਹੇ ਅਸੀਂ ਇੱਥੇ ਕਰੀਏ ਮੰਨ ਲੈ ਖੰਨੇ ਕੋਈ ਭੰਗੜਾ ਟ੍ਰੇਨਿੰਗ ਸੈਂਟਰ ਵਾਲੇ ਪ੍ਰੋਗਰਾਮ ਕਰਦੇ ਨੇ ਉੱਥੇ ਵੀ ਬੱਬੂ ਨੇ ਜਾਣਾ ਹੀ ਹੁੰਦਾ ਸੀਗਾ ਜੀ ਜੀ ਜੇ ਮੰਨ ਲੈ ਅਸੀਂ ਖਮਾਣੋ ਪ੍ਰੋਗਰਾਮ ਕਰਦੇ ਆ ਪੰਦੇਰ ਸਾਹਿਬ ਜਾਂ ਹੋਰ ਲੋਕ ਉੱਥੇ ਵੀ ਜਾਣਾ ਹੀ ਹੁੰਦਾ ਸਾਡੀ ਟੀਮ ਸੀ ਨਾ ਇੱਕ ਪੂਰੀ ਮੈਂ ਉੱਥੇ ਡਾਂਸ ਕੋਰੀਓਗ੍ਰਾਫੀਆਂ ਕਰਦਾ ਸੀਗਾ ਉਹ ਗਾਉਂਦੇ ਸੀਗੇ ਹੁਣ ਇਹ ਗੀਤ ਜਿਹੜਾ ਇਹਨਾਂ ਸਟੇਜਾਂ ਦੇ ਉੱਤੇ ਪਪੂਲਰ ਹੋ ਗਿਆ ਸੀਗਾ ਉਹਨੂੰ ਰਿਕਾਰਡ ਕਰਾਉਣਾ ਹੀ ਸੀ ਨਾ ਅਖਰ ਜੀ 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 ਪਰ ਹੋਇਆ ਕੀ ਕਿ ਉਹ ਗੀਤ ਜਿਹੜਾ ਹੈਗਾ ਰਿਕਾਰਡ ਕਰਾਉਣਾ ਸੀਗਾ ਉਹਦੇ ਚ ਥੋੜਾ ਤਾਂ ਡਿਲੇ ਹੋਇਆ ਉਹ ਵੀ 93 95 95 ਤੱਕ ਸਮਝਣੋ ਮੈਂ ਖੁਦ ਸੋਚਿਆ ਸੀਗਾ ਕਿ ਇਸ ਗੀਤ ਨੂੰ ਆਪਾਂ ਉਹ ਜਾ ਭਾਜੀ ਦੀ ਨਿਗਰਾਨੀ ਹੇਠ ਰਿਕਾਰਡ ਕਰੀਏ ਚਲੋ ਇਨੀ ਵੀਓ ਫਿਰ ਇਹ ਗੀਤ ਕੋਈ 95 ਦੇ ਵਿੱਚ ਜਾਂ 96 ਚ ਉਹਦੇ ਚ ਸ੍ਰਿੰਦਰ ਰਿਆਲ ਸਾਹਿਬ ਬੜਾ ਪਪੂਲਰ ਜਾਂ ਪ੍ਰੋਮਿਨੈਂਟ ਬੰਦਾ ਹੈਗਾ ਆਰਟ ਜਗਤ ਦਾ ਉਹਨਾਂ ਨੇ ਆਪ ਬਹੁਤ ਇਨੀਸ਼ੀਏਟਿਵ ਲਿਆ ਇਹਨੂੰ ਰਿਕਾਰਡ ਉਦੋਂ ਕਰਵਾ ਲਿਆ ਸੀ ਰਣਾ ਜੀ ਜੀ 뮤직 ਦਿੱਤਾ 뮤직 ਦੇ ਨਹੀਂ 뮤직 ਸੀ ਕਮਰ ਇਕਬਾਲ ਦਾ ਜੀ ਇਹ ਰਿਕਾਰਡ ਹੋਇਆ ਸੀਗਾ ਆਦਰਸ਼ ਸਟੂਡੀਓ ਦੇ ਵਿੱਚ ਇਹ ਆਦਰਸ਼ ਸਟੂਡੀਓ ਹੁੰਦਾ ਸੀ ਉਦੋਂ ਇੰਡਸਟਰੀਅਲ ਏਰੀਆ ਦੇ ਵਿੱਚ ਜੇ ਤੁਸੀਂ 95 ਦੀ ਗੱਲ ਕਰ ਰਹੇ ਹੋ ਇਹ 95 ਜਾਂ 95 ਦੇ ਲਾਸਟ ਜਸ਼ਨ ਵਿੱਚ ਇਸ ਇਨਾ ਦੇਣਾ ਜੀ ਹੂੰ ਉਹ ਗੀਤ ਕਮਰ ਇਕਬਾਲ ਨੇ ਦਿੱਤਾ ਇਹ ਇੰਟਰਸਟਿੰਗ ਗੱਲ ਹੈ ਕਿ ਉਹ ਗੀਤ ਵੀ ਕਮਰ ਇਕਬਾਲ ਦੇ 뮤직 ਵਾਲਾ ਜਿਹੜਾ ਉਹਦੀ ਪਹਿਲੀ ਕੈਸਟ ਦੇ ਵਿੱਚ ਸਮਝ ਲਓ ਜਿਹੜੀ ਕਿ ਬਾਅਦ ਵਿੱਚ ਮੈਂ ਤੁਹਾਨੂੰ ਜ਼ਿਕਰ ਕਰਦਾ ਕਿ ਰਿਲੀਜ਼ ਹੋਈ ਉਹ ਗੀਤ ਵੀ YouTube ਤੇ ਪਿਆ ਉਹ ਗੀਤ ਹੈ YouTube ਨਹੀਂ ਰਾਈਟ ਪਿਆ ਜੀ ਦੇਖਿਓ ਜਿਹੜਾ ਜਿਹੜਾ ਤੂੰ ਮੇਰੀ ਮਿਸ ਇੰਡੀਆ ਚ ਗੀਤ ਹੈ ਉਹ ਤਾਂ ਸੁਰਿੰਦਰ ਬਚਨ ਹੋਰਾਂ ਦਾ 뮤직 ਹੈ ਉਹ ਵੱਖਰਾ ਗੀਤ ਹੈ ਉਹ ਇੱਕ ਵੱਖਰਾ ਗੀਤ ਹੈ ਉਹ ਤੋਂ ਪਹਿਲਾਂ ਵੀ ਗੀਤ ਜਿਹੜਾ ਤੁਸੀਂ ਦੱਸ ਰਹੇ ਹੋ ਹਾਂਜੀ ਕਮਰ ਇਕਬਾਲ ਹੋਰਾਂ ਦੇ ਕਮਰ ਇਕਬਾਲ ਸਾਹਿਬ ਦੀ ਜਿਹੜੀ 뮤직 ਆ ਉਹਦਾ ਵੀ YouTube ਤੇ ਪਿਆ ਹਾਂਜੀ ਇਹ ਉਹ ਬਾਅਦ ਦੇ ਵਿੱਚ ਚੀਮਾ ਸਾਹਿਬ ਨੇ ਇੱਧਰ ਸ਼ਿਫਟ ਕਰ ਲਿਆ ਚੀਮਾ ਸਟੂਡੀਓ ਬਣ ਗਿਆ ਉਦੋਂ ਚੀਮਾ ਹੋਰਾਂ ਦੀ ਜਾਂ 파ਟਨਰ ਹੋਏਗੀ ਜਾਂ ਕੌਣ ਕਿ ਉਹ ਆਦਰਸ਼ ਸਟੂਡੀਓ ਦੇ ਵਿੱਚ ਰਿਕਾਰਡ ਹੁੰਦਾ ਹ ਹ ਹ ਹੁਣ ਮੰਨ ਲਓ ਇੱਕ ਰੀਲ ਬਣ ਕੇ ਆ ਗਈ ਆਪਣੇ ਕੋਲ ਉਦੋਂ ਇਹ ਹੁੰਦਾ ਸੀ ਮਾਸਟਰ ਕਹਿੰਦੇ ਸੀ ਉਹਨੂੰ ਹ ਉਹ ਮਾਸਟਰ ਲੈ ਕੇ ਬੰਦਾ ਇੱਕ ਕੋਟ ਜਾਂਦਾ ਦੂਜੇ ਕੋ ਜਾਂਦਾ ਤੀਜੇ ਕੋ ਜਾਂਦਾ ਜੀ ਆਹ ਮੈਂ ਵਧੀਆ ਬਣਾਇਆ ਜੀ ਆ ਇਹ ਕੀਤਾ ਜੀ ਆਹ ਕੀਤਾ ਅੱਛਾ ਹੁਣ ਕੰਪਨੀਆਂ ਦਾ ਆਪਣਾ ਸਿਸਟਮ ਹੈ ਦੇਖੋ ਹੁਣ ਐਂ ਤਾਂ ਹੈ ਨਹੀਂਗਾ ਕਿ ਕੰਪਨੀਆਂ ਜਿਹੜੀਆਂ ਨੇ ਟੀ ਸੀਰੀਜ਼ ਆ ਮੰਨ ਲਓ ਜਾਣਦੇ ਹੋ ਤੁਸੀਂ ਈਵਨ ਮੇਰੀ ਜਾਣਕਾਰੀ ਚ ਹੈ ਕਿ ਟੀ ਸੀਰੀਆ ਵਾਲਾ ਨੇ ਕਹਿ ਕੇ ਰੱਖ ਜੋ ਜੀ ਅਸੀਂ ਦੇਖਾਂਗੇ ਹੂੰ ਬੱਬੂ ਬੱਬੂ ਵਰਗਾ ਬੰਦਾ ਯਾਰ ਅਬ ਤੁਸੀਂ ਸਾਰੇ ਅੱਜ ਵੀ ਦੇਖਦੇ ਹੋ ਪਹਿਲਾਂ ਤੋਂ ਹੀ ਇਹ ਹੈ ਜੀ ਨਹੀਂ ਕਰਨਾ ਜੀ ਆਪਾਂ ਨਹੀਂ ਕਰਾਂ ਐਂ ਥੋੜਾ ਰੱਖ ਕੇ ਜਾਣੀ ਹੈ ਚਾ ਉਹ ਕੈਸਟ ਲੈ ਕੇ ਜਦੋਂ ਫਿਰ ਥੋੜਾ ਜਿਹਾ ਇਹ ਹੋਇਆ ਇਨ ਦੀ ਮੀਨ ਟਾਈਮ ਉਹਨਾਂ ਦੇ ਆਪਣੇ ਰਿਸ਼ਤੇਦਾਰ ਨੇ ਸ਼ਾਹੀ ਉਹਨਾਂ ਦਾ ਲਗਦਾ ਨਾਮ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਆਇਓ ਕਰੋ ਇੱਥੇ ਨਹੀਂ ਆਪਾਂ ਰਿਲੀਜ਼ ਕਰਨਾ ਆਪਾਂ ਕੈਨੇਡਾ 'ਚ ਰਿਲੀਜ਼ ਕਰਦੇ ਹਾਂ ਠੀਕ ਹੈ ਉਹ ਟੇਪ ਜਿਹੜੀ ਕੈਸਟ ਹੈ ਉਹ ਕੈਨੇਡਾ 'ਚ ਰਿਲੀਜ਼ ਕਰਦੇ ਕੈਨੇਡਾ 'ਚ ਰਿਲੀਜ਼ ਹੋਈ ਕੈਨੇਡਾ 'ਚ ਜਦੋਂ ਰਿਲੀਜ਼ ਹੁੰਦੀ ਹੈ ਤੇ ਉਹ ਹੁਣ ਕੈਨੇਡਾ 'ਚ ਰਿਲੀਜ਼ ਕਰਤੀ ਹੁਣ ਰੀਲਾਂ 'ਚ ਤਾਂ ਪਾ ਕੇ ਕਿਸੇ ਕੰਪਨੀ ਨੇ ਭੇਜਣੀ ਆ ਨਾ ਫੇਰ ਵੀ ਹਮ ਇੰਡੀਆ ਦੇ ਵਿੱਚ ਤੇ ਕੰਪਨੀ ਵਾਲਿਆਂ ਦਾ ਜਿਹੜਾ ਸੀਗਾ ਉਹ ਫੇਰ ਇੱਥੇ ਉਹ ਚੱਲ ਪਿਆ ਜਦੋਂ ਉਹ ਕਿਸੇ ਨੇ ਕਿਹਾ ਇਹ ਕਿ ਐਂ ਕਰੋ ਤੁਸੀਂ ਜਰਨਲ ਕਮਾਂਡ ਨੇ ਸ਼ਾਇਦ ਜਾਂ ਜੀ ਓਕੇ ਤੁਸੀਂ ਇਦਾਂ ਕਰੋ ਵੀ ਕੈਟਰ ਕਾਲਾਂ ਕੋ ਚਲੇ ਜਾਓ ਉਹ ਸੋਬਰ ਜੇ ਗੀਤ ਗਾਉਂਦੇ ਨੇ ਛੋਟੇ ਗੀਤ ਨਾਲ ਵੀ ਹੋਰ ਟੋਨ ਜੇ ਦੇ ਹੂੰ ਚਲੋ ਇਹਨਾਂ ਕੋ ਚਲੇਗੇ ਉੱਥੇ ਸੀਗੇ ਸ਼੍ਰੀਿੰਦਰ ਪੱਜਨ ਸਾਹਿਬ ਜੀ ਉਹ ਤੁਸੀਂ ਦੇਖੋਗੇ ਜੇ ਤੁਸੀਂ ਨਾ ਉਹਨਾਂ ਦੀ ਜਿਹੜੀ 95 ਦੀ ਰਿਕਾਰਡਿੰਗ ਹੈ ਤੇ ਉਹ ਕੁਝ 97 ਜਾਂ 99 ਨਹੀਂ ਉਹਦੋਂ ਉਹ ਉਹਨਾਂ ਦੇ ਨਾਲ ਜਦੋਂ ਬੱਬੂ ਰਿਕਾਰਡ ਕਰਾਉਂਦਾ ਉਦੋਂ ਮੈਂ ਵੀ ਰਿਕਾਰਡ ਕਰ ਰਿਆ ਸੀਗਾ ਮੈਂ ਗਾਇਕ ਬੇਸ਼ੱਕ ਨਹੀਂ ਪਰ ਕੁਲਦੀਪ ਤੂਰ ਦਾ 뮤직 ਸੀਗਾ ਤੇ ਮਲਕੀਤ ਮੀਤ ਨੇ ਕਿ ਸਰਮਾਨ ਕੀ ਨੇ ਗੀਤ ਗਾਏ ਸੀਗੇ ਸਾਧੂਪੂਰ ਨੇ ਕਸ਼ਟ ਉਹਦੀਆਂ ਡੇਟਾਂ ਵੀ ਪਈਆਂ ਨੇ ਉਹ ਰਿਕਾਰਡ ਕਰ ਰਹੇ ਨੇ ਉਹਨਾਂ ਨੇ ਕੀ ਕੀਤਾ ਜੀ ਕਹਿੰਦੇ ਵੀ ਆਪਾਂ ਨਵੇਂ ਸਿਰੋਂ ਪ੍ਰੋਜੈਕਟ ਕਰਦੇ ਆਂ ਗੀ ਤੇਰੇ ਬਹੁਤ ਵਧੀਆ ਟਿਊਨਾਂ ਬਹੁਤ ਵਧੀਆ ਪਰ 뮤직 ਨੂੰ ਤੇ ਡਬਿੰਗ ਨੂੰ ਦੁਬਾਰਾ ਕਰਨਾ ਪਊਗਾ ਜੀ ਚਲੋ ਇਹਨੇ ਫਿਰ ਮਿਹਨਤ ਕੀਤੀ ਮੈਂ ਉਹ ਮਿਹਨਤ ਨੂੰ ਕਿਉਂਕਿ ਮੇਰੇ ਵੀ 4-5 ਦਿਨ ਰਿਕਾਰਡਿੰਗ ਤੇ ਲੱਗੇ ਮੈਂ 4-5 ਦਿਨ ਦਖੇ ਨੂੰ ਐ ਲੱਗਣਾ ਵੀ ਮਾਸਟਰੀ ਵਾਲੇ ਪ੍ਰੋਜੈਕਟ ਤੋਂ ਕਦੋਂ ਵਿਲੇ ਹੁੰਦੇ ਨੇ ਹੈਨਾ ਤੇ ਮੈਂ ਉੱਥੇ ਲੱਗਾ ਬਹੁਤ ਬਹੁਤ ਮਿਹਨਤ ਸ੍ਰੀਨਦਰਪਤਨ ਸਾਹਿਬ ਦਾ ਵੀ ਥੈਂਕਸ ਹੈ ਗੌਰਵ ਤਰੇਹਨ ਹੋਰਾਂ ਦਾ ਵੀ ਥੈਂਕਸ ਹੈ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਜੈਕਟ ਬਣਾਇਆ ਫਿਰ ਵੀਡੀਓਜ਼ ਬਣਾਉਣੀਆਂ ਸੀਗੀਆਂ ਇਹ ਰਿਲੀਜ਼ ਹੋਣ ਤੋਂ ਪਹਿਲਾਂ ਉਦੋਂ ਹੁੰਦਾ ਸੀ ਕਿ ਇੱਕ ਜਾਂ ਦੋ ਵੀਡੀਓ ਬਣਦੀਆਂ ਨੇ ਉਦੋਂ ਮਨੋਜ ਕਰਦੇ ਸੀਗੇ ਮਨੋਜ ਪੁੰਜ ਨੇ ਵੀਡੀਓ ਬਣਾਈ ਤੁਸੀਂ ਦੇਖੋਗੇ ਨਾ ਨਿੰਦਰਾ ਨਹੀਂ ਆਉਂਦੀਆਂ ਵਾਲੇ ਉਹਦੀਆਂ ਜੀ ਉਹ ਕੀ ਹੈ ਕਿ ਇੰਨਾ ਸੋਬਰ ਤਰੀਕੇ ਨਾਲ ਸਾਰਾ ਪ੍ਰੋਜੈਕਟ ਤਿਆਰ ਕੀਤਾ ਤੇ ਉਹ ਪ੍ਰੋਜੈਕਟ ਜਿਹੜਾ ਉਹ ਛੱਤ ਨਹੀਂ ਚੜ ਗਿਆ ਬਿਲਕੁਲ ਉਹਦਾ ਕੋਈ ਮੁਕਾਬਲਾ ਨਹੀਂ ਹੁਣ ਮੰਨ ਲਓ ਯਾਰ ਮੈਂ ਤੁਸੀਂ ਕਹਿੰਦੇ ਜੇ ਕੋਈ ਕਹਿੰਦਾ ਮੈਂ ਜਿਹੜਾ ਬੰਦਾ ਬੈਠਾ ਐ ਸਾਹਮਣੇ ਜਿਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਜਿਨੇ ਸਾਰਾ ਕੁਝ ਇਹ ਦੇਖਿਆ ਕਿ ਇਹ ਸਾਰਾ ਕਿਵੇਂ ਬਣਿਆ ਕਿਵੇਂ 뮤직 ਹੋਇਆ ਕਿਵੇਂ ਦੁਬਾਰਾ ਬਣਦਾ ਹੈ ਸਵਾਲ ਮਾਸਟਰ ਜੀ ਕਿਹੜਾ ਕਿਹੜਾ ਬੰਦਾ ਕਹਿ ਦੂਗਾ ਕਿ ਇਹਨੂੰ ਬੱਬੂ ਨੇ ਨਹੀਂ ਕ੍ਰੀਏਟ ਕੀਤਾ ਹਾਂ ਬੱਬੂ ਨੇ ਕ੍ਰੀਏਟ ਕੀਤਾ ਬਹੁਤ ਵਧੀਆ ਉਹਨੇ ਪਰ ਪਰ ਇਹਦੇ ਵਿੱਚ ਇੱਕ ਸਵਾਲ ਸੀਗਾ ਛੋਟਾ ਜਿਹਾ ਤੁਸੀਂ ਸ਼ਾਇਦ ਇਹ ਤੇ ਹੋਰ ਦੱਸ ਸਕੋ ਕਿ ਗੁਰਪ੍ਰੀਤ ਬਿੱਲਾ ਹਮ ਉਹਨਾਂ ਦਾ ਕਹਿਣਾ ਇਹ ਹੈ ਕਿ 1997 ਦੇ ਵਿੱਚ TPM ਕੰਪਨੀ ਦੇ ਵਿੱਚ ਕੈਸਟ ਆਈ ਤੇ ਉਹਦੇ ਵਿੱਚ ਪਿੰਡ ਪਹਿਰਾ ਲੱਗਦਾ ਗਾਇਆ ਰਾਜੀ ਸਲਾਣਾ ਦੀ ਕਲਮ ਤੋਂ ਇਹ ਗੀਤ ਲਿਖਿਆ ਹੋਇਆ ਸੀਗਾ ਹੁਣ ਉਹ ਜਿਹੜੀ ਡੇਟ ਹੈ 97 99 ਦੀ ਤੁਸੀਂ ਤੁਸੀਂ 95 'ਚ ਕਿਉਂ ਨਹੀਂ ਜਾਂਦੇ ਹਮ ਤੁਸੀਂ 99 'ਚ ਕਿਉਂ ਆ ਜਾਂਦੇ ਹੋ ਹਮ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੀ ਉਹ 95 ਵਾਲੀ ਕੈਸਟ ਸੀਗੀ ਉਹਦੇ ਵਿੱਚ ਜਦੋਂ ਜੋ ਗੀਤ ਰਿਕਾਰਡ ਹੋਇਆ ਹੋਇਆ ਕੋਈ ਬੰਦਾ 97 'ਚ ਕਿਵੇਂ ਗਾ ਸਕਦਾ ਫਿਰ ਉਹ ਸਵਾਲ ਆ ਵੀ ਤੁਸੀਂ ਫਿਰ ਉਹਦੇ ਇਤਰਾਜ਼ ਕੀਤਾ 93 ਦੇ ਬੱਬੂ ਮਾਨ ਹੋਰਾਂ ਨੇ ਇਤਰਾਜ਼ ਕਿਉਂ ਜੇ 95 'ਚ ਦੇਖੋ ਬੱਬੂ ਦੀ ਕੈਸਟ 93 ਬਹੁਤ ਹਾਈਟ ਲੈ ਗਈ ਸੀ ਕਰੋੜਾਂ ਦੀ ਗਿਣਤੀ 'ਚ ਵਿਕੀ ਹੈ ਰੀਅਲੀ ਮੈਂ ਆਪਣੇ ਬਿੱਲੇ ਨੂੰ ਵੀ ਜਾਣਦਾ ਹੀ ਆ ਮੇਰਾ ਵਧੀਆ ਉਹਦੇ ਨਾਲ ਇਹਦੀ ਕੈਸਟ ਉਦੋਂ TPM B ਕਿ ਤਰ੍ਹਾਂ ਨਾ ਜਾ ਹੀ ਰਹੀ ਸੀ ਜੀ ਉਹ ਨਹੀਂ ਸੀ ਪ੍ਰਮੋਟ ਕਰਦੇ ਇੰਨਾ ਹੂੰ ਉਹਨਾਂ ਨੇ ਇਹ ਗੀਤ ਸ਼ਾਇਦ ਇਹ ਬਿੱਲੇ ਦੀ ਖੁਸ਼ਕਿਸਮਤੀ ਹੈ ਕਿ ਇਸ ਕੰਟਰੋਵਰਸੀ ਦੇ ਬਹਾਨੇ ਲੋਕਾਂ ਨੇ ਸੁਣ ਲਿਆ ਹੂੰ ਉਦੋਂ ਵੇ ਸੁਣਿਆ ਹੀ ਨਹੀਂ ਸੀ ਗਿਆ ਮਤਲਬ ਅੱਜ ਤੁਹਾਨੂੰ ਕੀ ਲੱਗਦਾ ਕਿ ਜਿੰਨਾ 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 ਕਿ ਇਹਦਾ ਨੋਟਿਸ ਲਿਆ ਜਾਵੇ ਬਸ ਇੱਕ ਸਵਾਲ ਸੀ ਮੈਂ ਤੁਹਾਨੂੰ ਹੋਰ ਦੱਸਦਾ ਜੀ 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 ਉਦੋਂ ਵੀ ਕਈ ਬੰਦੇ ਸਟੇਜਾਂ ਦੇ ਉੱਤੇ ਇੱਕ ਦੰ ਦੂਜੇ ਦਾ ਗੀਤ ਗਾ ਦਿੰਦੇ ਸੀ ਹਾਂ ਠੀਕ ਹੈ ਇਹਦੇ ਤੇ ਕਈ ਬੰਦਿਆਂ ਦੀ ਤੁਸੀਂ ਮੈਂ ਹੁਣ ਨਾਮ ਨਹੀਂ ਲਾਉਂਗਾ ਕਈ ਬੰਦਿਆਂ ਦੀ ਰੀਅਲੀ ਕਟਾਈ ਵੀ ਹੋਈ ਹੈ ਹੂੰ ਹੂੰ ਇਸ ਗੱਲ ਤੇ ਅਸੀਂ ਕਦੇ ਕਿਸੇ ਨੂੰ ਪੱਖ ਦੇ ਨਹੀਂ ਸੀ ਕਿ ਜੇ ਪਤਾ ਲੱਗ ਜਾਂਦਾ ਕਿਤੇ ਚਲੋ ਬਿੱਲਾ ਤਾਂ ਗਾਇਕ ਹੈ ਹੂੰ ਪਰ ਮੈਂ ਇਹ ਕਹਿੰਨਾ ਕਿ ਰਾਜੀ ਵੀ ਮੇਰਾ ਵਕਫ ਹੈ ਵਧੀਆ ਵਕਫ ਸੀਗਾ ਹੂੰ ਮੇਰੇ ਨਾਲ ਉਹਦਾ ਇੱਕ ਰਿਸ਼ਤੇਦਾਰਾ ਮੰਗੂ ਵੀ ਯੋਨੇ ਰੱਖਿਆ ਮੈਂ ਉਹਨੂੰ ਹੋਰ ਕੀ ਕਹਾਂ ਜਿਵੇਂ ਆਲਮਰਹ ਮੈਂ ਮੈਂ ਗੱਲ ਕਰਾਂ ਕਿ ਆਲਮਰਹ ਨੇ ਇੱਕ ਲਾਈਨ ਲਿਖੀ ਸੀਗੀ ਮੈਂ ਤਾਂ ਇਹ ਉਹਦੀ ਲਾਈਨ ਹੀ ਬੋਲ ਦਿੰਦਾ ਕਿ ਰਾਜੀ ਹੋਰ ਕੀ ਮਾਂ ਅੱਖਾਂ ਤੈਨੂੰ ਇੰਜ ਨਹੀਂ ਸੀ ਚਾਹੀਦਾ ਦਿਲ ਵਾਲਾ ਦੁੱਖੜਾ ਨਹੀਂ ਮੈਂ ਸੋਚਦਾ ਕਿ ਰਾਜੀ ਨੂੰ ਆਪਣੇ ਹੀ ਟੱਬਰ ਦੇ ਇੱਕ ਨੌਜਵਾਨ ਗਾਇਕ ਦਾ ਮੁਖੜਾ ਲੈ ਕੇ ਇੱਕ ਹੋਰ ਗੀਤ ਬਣਾ ਕੇ ਕਿਸੇ ਭੋੜੇ ਗਾਇਕ ਨੂੰ ਦੇਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਸੀਗਾ ਕਿ ਮੈਂ ਮੱਲਮਾਤਰੇ ਵੀ ਜਾਣਾ ਮੈਂ ਇਹਨਾਂ ਦੇ ਪ੍ਰੋਗਰਾਮਾਂ 'ਚ ਵੀ ਮਿਲਦਾ ਹੁਣ ਜੀ ਇੱਕ ਸਵਾਲ ਸੀਗਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਪਤਾ ਲੱਗਿਆ ਤੁਹਾਨੂੰ ਕਿ ਗੁਰਪ੍ਰੀਤ ਬਿੱਲੇ ਨੇ ਇਹ ਗੀਤ ਗਾਇਆ ਤੇ ਰਾਜੀ ਸਲਾਣਾ ਨੇ ਲਿਖਿਆ ਹੋਇਆ ਪਿੰਡ ਪਹਿਰਾ ਲੱਗਦਾ ਮੈਂ ਹੁਣ ਸੁਣਿਆ ਯਾਰ ਆ ਰੌਲੇ ਤੋਂ ਬਾਅਦ 22 ਸਾਲ ਬਾਅਦ ਪਤਾ ਲੱਗਦਾ ਕਿਸੇ ਨੂੰ ਤੁਹਾਨੂੰ ਪਤਾ ਲੱਗਿਆ ਨਹੀਂ ਸਾਨੂੰ ਹੁਣ ਜਿਹੜੇ ਬੰਦਿਆਂ ਨੇ ਇਹ ਇਸ਼ੂ ਠਾਇਆ ਉਹਨਾਂ ਨੂੰ ਪਤਾ ਸੀਗਾ ਨਹੀਂ ਅਸਲ ਦੇ ਵਿੱਚ ਇਸ਼ੂ ਜਿਹੜਾ ਹੈ ਕਿਸੇ ਖਾਸ ਸਿਆਸਤਜੀ ਦੇ ਵਿੱਚ ਜਿਹੜੀ ਨਾ ਗਾਇਕਾਂ ਦੀ ਹੁੰਦੀ ਹੈ ਮੇਬੀ ਉਹਦੇ ਚੋਂ ਜਾਂ ਕਿਸੇ ਨੇ ਟੀਆਰਪੀ ਟੂ ਆਰਪੀ ਦੇ ਚੱਕਰ ਚ ਇਹ ਕਰ ਲਿਆ ਹੋਵੇ ਪਰ ਨਹੀਂ ਸੀ ਇਹ ਗਾਇ ਕਿ ਤੁਸੀਂ ਮੈਨੂੰ ਦੱਸੋ ਚਲੋ ਫਿਰ ਦੇਖੋ ਇੱਕ ਗੱਲ ਤਾਂ ਹੈਗੀ ਹੈ ਨਾ ਕਿਸੇ ਨਾ ਕਿਸੇ ਨੇ ਤਾਂ ਕਾਪੀ ਕੀਤਾ ਨਾ ਕਿਸੇ ਨੂੰ ਕੀਤਾ ਚਾਹੇ ਉਹ ਵਾਇਸ ਵਰਤ ਤੂੰ ਇਹ ਨਿਚੋੜ ਤੁਸੀਂ ਕੱਢਣਾ ਨਾ ਕਿ 94 ਦੇ ਵਿੱਚ 97 ਚ ਆਏ ਗੀਤ ਦੀ ਕਾਪੀ ਹੋ ਸਕਦੀ ਹੈ ਹੂੰ ਨਿਚੋੜ ਤਾਂ ਦੇਖੋ ਤੁਸੀਂ ਸਿਆਣੇ ਨਿਚੋੜ ਤਾਂ ਦਰਸ਼ਕ ਕੱਢਣਾ ਸਰੋਤੇ ਕੱਢਣਾ ਇਸ ਗੱਲ ਦਾ ਜੀ ਤੂੰ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਉਹ ਉਹ ਕਟਿੰਗ ਦੇਣ ਨੂੰ ਤਿਆਰ ਹਾਂ ਇੱਕ ਉਸ ਟਾਈਮ ਦੇ ਵਿੱਚ ਉਹਦਾ ਗਾਇਆ ਹੋਇਆ ਮੇ ਵੀ ਤੁਸੀਂ ਇਸ ਗੱਲ ਦੇ ਉੱਤੇ ਆਪਾਂ ਐ ਕਰਦੇ ਆਂ ਸਿੰਪਲ ਜੀ ਗੱਲ ਬਿੱਲਾ ਸਿਆਣਾ ਮੁੰਡਾ ਰਾਜੀ ਹੈ ਨਹੀਂ ਧਰਤੀ ਜੀ 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 ਤੁਸੀਂ ਇਹ ਇੱਕ ਉਹ ਕਲੇਮ ਤਾਂ ਨਹੀਂ ਕਰ ਰਿਹਾ ਬਿੱਲਾ ਕਿ ਮੈਂ ਲਿਖਿਆ ਹੈਗੀ ਨਹੀਂ ਕਰ ਰਿਹਾ ਰਾਈਟ ਹੂੰ ਉਹਨੇ ਤਾਂ ਨਹੀਂ ਲਿਖਿਆ ਜੀ ਉਹਨੂੰ ਜਿਹਨੇ ਦਿੱਤਾ ਰਾਜੀ ਨੇ ਦਿੱਤਾ ਰਾਜੀ ਨੇ ਦਿੱਤਾ ਰਾਜੀ ਅੱਜ ਦੇ ਦਿਨ ਇਹਨੂੰ ਗੱਲ ਨੂੰ ਕਹਿਣ ਲਈ ਹੈ ਨਹੀਂ ਪਰ ਮੈਂ ਇਹ ਕਹਿਣਾ ਕਿ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਰਾਜੀ ਜੀ ਤੋਂ ਮੈਂ ਬੇਸਿਕ ਗੱਲ ਹੁੰਦੀ ਰਾਜੀ ਤੈਨੂੰ ਇਹ ਕਰਨ ਦੀ ਕੀ ਲੋੜ ਸੀ ਰਾਜੀ ਤੁਹਾਨੂੰ ਜਾਣਦਾ ਸੀਗਾ ਤੁਹਾਡੇ ਪ੍ਰੋਗਰਾਮਾਂ ਚ ਆਉਂਦਾ ਸੀਗਾ ਜੀ ਉਹ ਹੁਣ ਮੈਂ ਕੀ ਕਹਾਂ ਕਿ ਮੇਰੇ ਸਹੁਰਿਆਂ ਦੇ ਪਾਸਿਓ ਉਹ ਐਂ ਰੱਖਦਾ ਸੀਗਾ ਕਿ ਜਿਵੇਂ ਅਸੀਂ ਉਸ ਰਿਸ਼ਤੇ ਜੋਨੇ ਆ ਜੀ ਹੁਣ ਹੋਰ ਦੱਸੋ ਮੈਂ ਕੀ ਕਹਾਂ ਅਸੀਂ ਲੋਕ ਜੁੜੇ ਹੋਏ ਸੀ ਸਾਰੇ ਮੈਂ ਰਾਜੀ ਦੇ ਘਰੇ ਸ਼ਰਮਖ ਪੁੱਲਰ ਭਰਪੂਰ ਅਲੀ ਗਮਦੂਰ ਅਮਨ ਜੀ ਰਾਜੀ ਬਾਗੀ ਉਹਦਾ ਬ੍ਰਦਰ ਮੈਂ ਅਸੀਂ ਸਾਰੀ ਸਾਰੀ ਰਾਤ ਦੀਆਂ ਮਹਿਫਲਾਂ ਲਾਉਂਦੇ ਰਹੇ ਹਾਂ ਉੱਥੇ ਮਸਤ ਜੀ ਦੂਰ ਨੂੰ ਸੁਣਿਆ ਉੱਥੇ ਮਸਤ ਜੀ ਉਹ ਕਹ ਰਹੇ ਕਿ ਰਾਜੀ ਦੇ ਗੀਤ ਦੁਰਗਾ ਰੰਗੀਲਾ ਸਾਹਿਬ ਨੇ ਵੀ ਗਾਏ ਨੇ ਸਰਦੂ ਸਕੰਦਰ ਨੇ ਵੀ ਗਾਏ ਨੇ ਚੰਗੇ ਰਾਈਟਰਾਂ ਦੇ ਵਿੱਚੋਂ ਨਾਮ ਹੈਗਾ ਰਾਜੀ ਸਲਾਣਾ ਦਾ ਮੈਂ ਇਹ ਥੋੜਾ ਕਹਿੰਨਾ ਆਪਣੀ ਮਾੜੇ ਬੰਦੇ ਨਾਲ ਆਡੀਓ ਨਹੀਂ ਹੁੰਦੀ ਪਰ ਇੱਥੇ ਗਲਤੀ ਕਰ ਗਿਆ ਜੀ ਰਾਜੀ ਮੈਂ ਕਹਿੰਦਾ ਕਿ ਜਦੋਂ ਰਾਜੀ ਲਿਖ ਲਿੰਦਾ ਚਲੋ ਮੰਨ ਲਓ ਗਾਏ ਨੇ ਜਾਂ ਕੀ ਆ ਉਹਦੇ ਨਾਲੋਂ ਵੀ ਵੱਧ ਮੈਂ ਜਾਣਦਾ अच्छा जी 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 ओ ओनु ਇੱਥੇ ਨਹੀਂ ਸੀ ਕਰਨੀ ਚਾਹੀਦੀ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਇੰਨਾ ਇੰਨਾ ਕ ਸਵਾਲ ਹੈ ਕਿ ਗੁਰਪ੍ਰੀਤ ਬਿੱਲੇ ਦੀ ਕੈਸਟ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਉਹ ਚ ਪ੍ਰੀਤ ਖਮਾਣੋ ਦਾ ਵੀ ਗੀਤ ਹੈ ਕਿਉਂਕਿ ਤੁਹਾਡੇ ਸਰਕਲ ਦੇ ਬੰਦੇ ਨੇ ਸਾਰੇ ਇਹ ਆਪਣੇ ਖਮਾਣੋ ਸਮਰਾਲੇ ਦੇ ਨੇੜੇ ਦੇ ਬੰਦੇ ਨੇ ਦੇਖੋ ਮੈਂ ਮੈਂ ਤੁਹਾਨੂੰ ਤਾਂ ਮੀਰਾ ਟੂਨ ਤੁਹਾਨੂੰ ਪਤਾ ਹੈ ਕਿ ਕੀ ਹੈ ਜੀ ਬੇਸਿਕ ਗੱਲ ਹੈ ਮੈਂ ਬਹੁਤ ਸਾਰੀਆਂ ਬੱਬੂ ਦੀਆਂ ਵੀ ਚੀਜ਼ਾਂ ਨਹੀਂ ਹੋ ਸਕਦਾ ਸੁਣ ਹੁੰਦੀਆਂ ਹੁਣ ਕਿਸੇ ਹੋਰ ਦੇ ਨਹੀਂ ਮੈਂ ਤਾਂ ਮੈਂ ਗੀਤ ਬਹੁਤ ਘੱਟ ਸੁਣਦਾ ਰਣਾ ਜੀ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਮੈਂ ਇੱਕ ਆਪਣੇ ਮਿਸ਼ਨ ਤੇ ਆਪਣੀ ਵਿਚਾਰਧਾਰਾ ਤੇ ਕੰਮ ਕਰ ਰਿਹਾ ਹਾਂ ਜੀ ਜੀ ਆ ਤਾਂ ਤੁਸੀਂ ਇੱਕ ਪ੍ਰਸੰਗ ਪੁੱਛਦੇ ਹੋ ਜੀ ਚ ਮੈਂ ਚਸ਼ਮਦੀਦ ਹਾਂ ਅਦਰਵਾਈਜ਼ ਮੈਂ ਮੈਂ ਰੀਲਾਂ ਤੋਂ ਕੀ ਲੈਣਾ ਮੈਂ ਤਾਂ ਆਪਣੀਆਂ ਰੀਲਾਂ ਤਿਆਰ ਕਰ ਰਿਹਾ ਹਾਂ ਹਾਂ ਬਿਲਕੁਲ ਅਸੀਂ ਅਸੀਂ ਐਸੇ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਜਿਹੜਾ 90 ਮਿਆਂ ਤੋਂ 95 ਦੇ ਮਾ ਦੌਰ ਹੈਗਾ ਏ ਉਹ ਚ ਤੁਸੀਂ ਬਹੁਤ ਆਪਸ ਚ ਚਲੋ ਹੁਣ ਬਹੁਤ ਕਲੋਜ਼ ਹੋ ਪਰ ਉਹਨਾਂ ਦਿਨਾਂ ਦੇ ਵਿੱਚ ਇਕੱਠੇ ਕੰਮ ਕਰ ਨਾਂ ਦੇ ਵਿੱਚ ਕੀ ਹੈ ਕਿ ਤਾਂ ਵਿਆਹ ਹੋਣਾ ਜੀ ਹੈਨਾ ਸਾਡੇ ਤਿੰਨੇ ਕਮਲਜੀ ਨੀਲੋਂ ਹੋ ਗਿਆ ਪਵਨ ਹੋ ਗਿਆ ਬੱਬੂ ਹੋ ਗਿਆ ਹੈਨਾ ਜੀ ਅਸੀਂ ਉੱਥੇ ਖਾੜਾ ਆਪਣਾ ਘਟ ਦੇਣਾ ਅਸੀਂ ਕਹਿੰਦੇ ਬਾਹਰੋਂ ਸਦਰ ਚੰਗੇ ਗੀਤ ਦੇਣੇ ਨੇ ਜੀ ਹੈਨਾ ਅਸੀਂ ਉੱਥੇ ਗੀਤ ਲਿਖਦੇ ਵੀ ਸੀ ਉਦੋਂ ਕਾਲੇ ਕਛਿਆਣਾਂ ਦੀ ਲਹਿਰ ਚਲਦੀ ਸੀਗੀ ਉਹ ਕਾਲੇ ਕਛਿਆਣਾਂ ਦੀ ਲਹਿਰ ਦੇ ਵਿੱਚੋਂ ਅਸੀਂ ਇਹ ਸੋਚਿਆ ਕਿ ਯਾਰ ਇਹ ਕੀ ਮਤਲਬ ਅਸੀਂ ਉਹ ਇਹ ਵਿਚਾਰ ਕੀਤੀ ਵੀਰ ਗਵਰਨਮੈਂਟ ਦੀ ਡਿਊਟੀ ਬਣ ਕੇ ਮੁੰਡੇ ਮੋੜਾਂ ਤੇ ਕਢਾਏ ਹੋਏ ਨੇ ਇਹਨਾਂ ਨੇ ਹੈਨਾ ਇਹ ਸਰਕਾਰ ਤਾਂ ਬਿਲਕੁਲ ਆਪਣੀ ਰਿਸਪੌਂਸਿਬਿਲਟੀ ਤੋਂ ਬਰੀ ਹੋ ਗਈ ਵੀਰ ਤੁਸੀਂ ਆਪਣਾ ਜੇ ਥੋੜਾ ਵਿਚਾਰ ਹੁੰਦਾ ਕਰ ਲੋ ਨਹੀਂ ਹੁੰਦਾ ਤੇ ਨਾ ਕਰੋ ਉਹਦੇ ਚੋਂ ਰਾਣਾ ਜੀ ਕੀ ਹੋਇਆ ਕਿ ਇੱਕ ਗੀਤ ਰੱਖਿਆ ਤਾਂ ਸੀਗਾ ਦੇਖੋ ਸਰਕਾਰ ਤੇ ਅਟੈਕ ਕਰਨ ਨੂੰ ਹੁਣ ਬੱਬੂ ਉਮੇ ਦਾ ਥੋੜਾ ਅਟੈਕ ਕਰ ਸਕਦਾ ਜਿਵੇਂ ਮੈਂ ਕਰਦਾ ਮੇਰਾ ਆਪਣੀ ਟੋਨ ਹੈ ਬੱਬੂ ਦੀ ਆਪਣੀ ਟੋਨ ਆ ਉਹਨੇ ਗੱਲ ਜੇ ਰਮਾਂਸ ਦੀ ਵੀ ਕਰਦਾ ਤਾਂ ਉਹਦੇ ਵਿੱਚ ਇੱਕ ਸਟਾਇਲ ਕਰੀਏਟ ਕਰਦਾ ਹੈ ਪਰ ਹੁਣ ਜਿਹੜੀ ਕੰਟਰੋਵਰਸੀ ਸ਼ੁਰੂ ਹੋਈ ਹੈ ਉਹ ਸ਼ਾਇਦ ਇਹ ਕਹਿ ਰਹੇ ਨੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਜਿਹੜੀ ਜਿਹੜੀ ਗੱਲ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਵਰਸਸ ਬੱਬੂ ਮਾਨ ਵਾਲੀ ਕਹਾਣੀ ਉਹਦੇ ਫੈਨਸ ਨੇ ਦੂਜੇ ਪਾਸੇ ਦੂਜੇ ਫੈਨਸ ਨੇ ਕੱਲਾ ਇੱਕ ਗੀਤ ਨਹੀਂ ਮਾਸਟਰ ਜੀ ਹੋਰ ਬਹੁਤ ਸਾਰੇ ਗੀਤਾਂ ਦੀ ਗੱਲ ਹੋ ਰਹੀ ਹੈ ਚਲੋ ਤੁਸੀਂ ਤਾਂ ਤੁਸੀਂ ਐਂ ਕਰੋ ਇਨਸਾਫ ਇਹ ਕਰੋ ਮੈਂ ਇਹ ਕਹਿਣਾ ਕਿ ਇਸ ਬੀ ਇਸ ਧਰਤੀ ਤੇ ਹੈ ਨੀਗਾ ਹਜੂਰਾ ਸਿੰਘ ਬਟਾਰੀ ਵਾਲਾ ਜੀ ਤੁਸੀਂ ਕੱਢ ਕੇ ਲਿਆਓ ਨਹੀਂ ਕੱਢ ਸਕਦੇ ਕਿ ਉਹਦੀਆਂ ਕਲੀਆਂ ਕਿੰਨੇ-ਕਿੰਨੇ ਰੁਪਏ ਨੂੰ ਵੇਚ ਕੇ ਕਿਨ ਕਿਹਨੇ-ਕਿਨੇ ਰਿਕਾਰਡ ਕਰਾਈਆਂ ਨੇ ਹਮ ਹਜੂਰਾ ਸਿੰਘ ਪਟਾਰੀ ਵਾਲੇ ਦੀਆਂ ਕਲੀਆਂ ਦੇ ਵਿੱਚ ਬਾਅਦ ਤੁਸੀਂ ਕਹਿੰਦੇ ਹੋ ਫਰਾਣੇ ਨੇ ਸੱਚ ਉਚਾਰੀ ਜੀ ਐ ਥੋੜਾ ਉਹਦਾ ਬਣ ਜੂਗਾ ਪਵਨ ਦਾ ਗੀਤ ਕੋਈ ਬੰਦਾ ਰਿਕਾਰਡ ਕਰਦਾ ਤੁਸੀਂ ਪੁੱਛ ਕੇ ਦੇਖੋ ਸਿਬਿਆ ਸਾਹਿਬ ਜਿਹੜੇ ਨੇ ਸਾਡੇ ਬਹੁਤ ਸਵਰਨ ਸਿਬਿਆ ਜੀ ਪਪੂਲਰ ਲੈਖਕ ਨੇ ਹਜ਼ਾਰਾਂ ਗੀਤ ਉਹਨਾਂ ਨੇ ਵੀ ਲਿਖਿਆ ਤੇ ਜਿਹਦੇ ਨਾਂ ਤੇ ਉਹ ਕਹਿੰਦੇ ਮੇਰੇ ਗੀਤ ਰਿਕਾਰਡ ਕਰਾਏ ਨੇ ਸੈਂਕੜੇ ਗੀਤ ਉਹਨੇ ਵੀ ਲਿਖੇ ਨੇ ਇਹ ਕੋ ਨਵਾਂ ਕਮੇ ਉਤਮਤਾ ਨਾ ਮਤਲਬ ਐਂ ਚੱਲਦਾ ਸੀਗਾ ਮੈਂ ਇਹ ਕਹਿੰਦਾ ਕਿ ਨਹੀਂ ਚੱਲਣਾ ਚਾਹੀਦਾ ਇਹ ਨਾ ਕੋਈ ਮੈਨੂੰ ਲੱਗਦਾ ਕਿ ਦੇਖੋ ਮੈਂ ਮੈਂ ਨਹੀਂ ਸੁਣਦਾ ਦੇਖੋ ਮੈਂ ਤੁਸੀਂ ਇਹ ਕੀ ਸੋਚਦੇ ਹੋ ਕਿ ਮੈਂ ਸਾਰਿਆਂ ਦੇ ਸਾਰੇ ਗੀਤ ਸੁਣਦਾ ਨਹੀਂ ਠੀਕ ਹੈ ਤੁਹਾਡੀ ਗੱਲ ਅੱਛਾ ਚਲੋ ਹੁਣ ਮੈਂ ਕਿਸੇ ਦੀ ਕੰਟਰੋਵਰਸੀ ਹੈ ਨਹੀਂ ਹੈ ਮੈਂ ਬਿਲਕੁਲ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੀ ਗੱਲ ਮਾਸਟਰ ਜੀ ਨੇ ਕਹੀ ਹੈ ਮਾਸਟਰ ਤਰਲੋਚਿੰਗ ਹੋਰਾਂ ਨੇ ਕਿ 1990 ਦੇ ਦੌਰ ਤੋਂ ਬੱਬੂ ਮਾਨ ਗਾਉਂਦਾ ਸੀਗੇ 95 'ਚ ਰਿਕਾਰਡ ਵੀ ਹੋਇਆ ਉਸ ਤੋਂ ਬਾਅਦ ਉਹ ਰਿਲੀਜ਼ ਸਿਰਫ ਕੈਨੇਡਾ 'ਚ ਹੋਈ ਪੰਜਾਬ 'ਚ ਨਹੀਂ ਹੋਈ ਤੇ ਉਸ ਤੋਂ ਬਾਅਦ 99 'ਚ ਜਾ ਕੇ ਰਿਲੀਜ਼ ਹੁੰਦੀ ਹੈ ਦੁਬਾਰਾ ਤੋਂ ਦੂਜੀ ਵਾਰਾ ਤੁਨ ਤੁਨ YouTube ਤੇ ਤੁਸੀਂ ਦੇਖੋ ਦੋ 뮤ਜ਼ਿਕ ਤੁਹਾਨੂੰ ਮਿਲਣਗੇ ਜੀ 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 ਅਮਰ ਇਕਬਾਲਾ ਦਾ ਮਿਊਜ਼ਿਕ ਵੀਪੀ ਹੈ ਹੈਨਾ ਕਿ ਇਸ ਕਰਕੇ ਆਪਾਂ ਮਤਲਬ ਦੂਸ਼ਣ ਲਾਉਣ ਤੋਂ ਆਪਣੇ ਪਰਿਵਾਰ ਦੇ ਵਿੱਚ ਹੀ ਜਿਹੜਾ ਤੇ ਬਿੱਲਾ ਵੀ ਕੀ ਕਹੀਏ ਕਿ ਆਪਣੇ ਪਰਿਵਾਰ ਦੇ ਵਿੱਚ ਹੀ ਅਸੀਂ ਇਸ ਗੱਲ ਨੂੰ ਕਿਉਂ ਇਸ਼ੂ ਬਣਾਉਣਾ ਮੈਨੂੰ ਲੱਗਦਾ ਕਿ ਮੈਂ ਰਾਈਟ ਵੇ ਮੈਂ ਕਹਾ ਕਿ ਬਿੱਲੇ ਨੂੰ ਇਹ ਕਹਿ ਦੇਣਾ ਚਾਹੀਦਾ ਜੀ ਮੈਂ ਮੇਰਾ ਤਾਂ ਇੰਨਾ ਖਵਾਂਦਾ ਸ਼ਾਇਦ ਉਹ ਇਹੀ ਕਹਿੰਦਾ ਹੂੰ 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 ਉਹਨੇ ਐ ਤਾਂ ਨਹੀਂ ਕਿਹਾ ਕਿ ਮੈਂ ਇਹ ਗੀਤ ਕਲੇਮ ਕਰਦਾ ਕਿ ਮੇਰਾ ਗੀਤ ਚੋਰੀ ਹੋ ਗਿਆ ਜਿਵੇਂ ਇਹ ਇਹ ਕਰ ਰਹੇ ਨੇ ਜੀ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਉਹਨਾਂ ਦੀ ਚਲੋ ਆਪਣਾ ਗੱਲਬਾਤ ਹੈਗੀ ਹੈ ਕਿ ਉਹਨਾਂ ਦਾ ਜਦੋਂ ਰਿਕਾਰਡ ਹੋਇਆ ਉਹਨਾਂ ਦਾ ਸਾਹਮਣੇ ਆ ਗਿਆ ਆ ਠੀਕ ਹੈ ਹੁਣ ਜਿਸ ਗੀਤਕਾਰ ਨੇ ਗੀਤ ਲਿਖਿਆ ਉਹ ਇਸ ਦੁਨੀਆ ਵਿੱਚ ਨਹੀਂ ਹੈਗਾ ਆ ਇਹ ਗੱਲ ਹੈਗੀ ਹੈ ਕਿ ਬੱਬੂ ਮਾਨ ਹੋਰੀ ਬਹੁਤ ਕਿਉਂਕਿ ਚਰਚਿਤ ਚਿਹਰੇ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਨਾਮ ਜੋੜ ਕੇ ਟੀਆਰਪੀ ਗੇਨ ਦਾ ਵੀ ਹੁੰਦਾ ਇੱਕ ਇਹ ਮੈਨੂੰ ਲੱਗਦਾ ਹੈ ਕਿ ਅਸਲ ਚ ਚੱਕਰ ਬਹੁਤਾ ਇਹੀ ਹੈ ਦੂਜਾ ਜਿਹੜਾ ਸੀਗਾ ਵੀ ਸਚਾਈ ਲੱਭਣੀ ਹੂੰ ਉਹਨਾਂ ਦਾ ਕੋਈ ਸੱਚਾਈ ਸੀ ਚੂਈਆ ਤਾਂ ਲਕਨੀ ਉਹਨਾਂ ਨੂੰ ਲੱਗਦਾ ਕਿ ਇਹ ਅੱਛਾ ਹੋ ਗਿਆ ਕੰਮ ਹੈਨਾ ਆਪਾਂ ਹੋਰ ਛੇੜ ਲੈਣੇ ਆ ਅੱਛਾ ਉਹ ਵੀ ਹੋ ਗਿਆ ਆਪਾਂ ਹੋਰ ਛੇ ਅਸਲ ਦੇ ਵਿੱਚ ਕੰਮ ਕੀ ਕਰਨਾ ਚਾਹੀਦਾ ਬੱਬੂ ਦੇ ਗੀਤਾਂ ਨੂੰ ਕ੍ਰਿਟੀਕਲੀ ਐਨਾਲਾਈਜ਼ ਕਰਨਾ ਚਾਹੀਦਾ ਹੈ ਜੀ ਕਿ ਬੱਬੂ ਦੇ ਗੀਤ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕੀ ਜਿਹੜੀ ਗੱਲ ਇੱਕ ਪਪੂਲਰ ਗੀਤਕਾਰ ਪਪੂਲਰ ਗਾਇਕ ਇਹਨੇ মিডিਆ ਮਤਲਬ ਮਾਸਿਜ ਨੂੰ ਇਕੱਠੇ ਕਰਕੇ ਆਏ ਕਹਿ ਦਿੰਦਾ ਆਏ ਪੰਜਾਬੀ ਦੇ ਵਿੱਚ ਪਰੰਪਰਾ ਸੀਗੀ ਜੀ ਇਹ ਬੱਬੂ ਨੇ ਜੋ ਕੁਝ ਕਰਿਆ ਮੈਂ ਉਸ ਤੋਂ متاثر ਐ ਕੋਈ ਰੋਲਾ ਨਹੀਂ ਐ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਚੀਜ਼ਾਂ ਨੂੰ ਨਾ ਏਵੇਂ ਐਨਲਾਈਜ਼ ਕਰੀਏ ਕਿ ਜਿਹੜੇ ਦੂਜੇ ਗਾਇਕ ਨੇ ਮੈਨੂੰ ਓਨੈਸਟਲੀ ਗੱਲ ਕਰਾਂ ਕਿ ਮੈਨੂੰ ਬਹੁਤ ਸਾਰੇ ਗਾਇਕਾਂ ਦੀ ਸਮਝ ਨਹੀਂ ਆਉਂਦੀ ਗਾਇਕੀ ਦੀ ਸਰਤਾਜ ਆ ਬਹੁਤ ਵਧੀਆ ਲਿਖਦਾ ਜਿਵੇਂ ਉਹ ਤਾਂ ਬੜਾ متاثر ਹੈ ਬੱਬੂ ਬਹੁਤ ਸੋਚ ਕੇ ਲਿਖਦਾ ਪਰ ਜਿੰਨਾ ਬੇਬਾਕੀ ਨਾਲ ਬੋਲਦਾ ਲਿਖਦਾ ਜਿਵੇਂ ਲਿਖਿਆ ਕਿਸੇ ਮੱਝ ਦੇ ਲਾਲ ਨੇ ਉਹ ਮੈਨੂੰ ਲੱਗਦਾ ਹੈ ਕਿ ਅਸਲ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੂੰ ਕ੍ਰਿਟੀਕਲੀ ਐਨਾਲਾਈਜ਼ ਕਰੀਏ ਜੀ 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 ਮੀਡੀਆ ਜਾਂ ਹੋਰ ਲੋਕ ਨੇ ਆਪਾਂ ਆਕੇ ਖੜ ਗਏ ਸਸਤੀ ਸ਼ੋਹਰਤ ਨਹੀਂ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਨਹੀਂ ਲੈ ਮੇਰੇ ਖਿਆਲ ਹੈ ਕਿ ਇਹ ਤੋਂ ਆਪਾਂ ਆਪਾਂ ਨੂੰ ਕਿਵੇਂ ਸਭ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਅੱਜ ਹੁਣ ਚੱਲ ਰਿਹਾ ਕਿ ਉਹ ਪਾਕਿਸਤਾਨ ਤੋਂ ਕਰ ਲਿਆ ਜੀ ਕਾਪੀ ਆ ਹਿੰਦੀ ਫਿਲਮ ਤੋਂ ਕਰ ਲਿਆ ਆ ਫਲਾਣੀ ਗਜ਼ਲ ਤੋਂ ਕਰ ਲਿਆ ਆ ਇਸ ਤੋਂ ਕਰ ਲਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਮੈਨੂੰ ਮੈਨੂੰ ਲੱਗਦਾ ਕਿ ਜਿਨ੍ਹਾਂ ਗੱਲਾਂ ਦਾ ਮੈਂ ਚਸ਼ਮਦੀਦ ਨਹੀਂ ਹਾਂ ਮੈਂ ਉਹਨਾਂ ਚੀਜ਼ਾਂ ਤੇ ਸ਼ਾਇਦ ਬਹੁਤੀ ਕੋਈ ਗੱਲ ਨਾ ਕਰ ਸਕਾਂ ਪਰ ਮੈਨੂੰ ਲੱਗਦਾ ਇਸ਼ੂ ਨਹੀਂ ਹੈ ਚਲੋ ਇੱਕ ਨੋਟ ਥੋੜਾ ਜਾਂਦ ਜਾਂਦੇ ਜਾਂਦੇ ਹਸ਼ਰ ਅਤੇ ਏਕਮ ਦੀ ਗੱਲ ਬਹੁਤ ਮੈਨੂੰ ਲੱਗਦਾ ਕਿ ਹੋਣੀ ਵੀ ਚਾਹੀਦੀ ਹੈ ਹਸ਼ਰ ਮੈਨੂੰ ਲੱਗਦਾ ਹੈ ਕਿ ਬੱਬੂ ਮਾਨ ਦੇ ਕਰੀਅਰ ਦੀ ਬਹੁਤ ਸਫਲ ਫਿਲਮਾਂ ਦੇ ਵਿੱਚੋਂ ਇੱਕ ਹੈ ਤੇ ਮਾਸਟਰ ਜੀ ਨੇ ਲਿਖਿਆ ਕਿਵੇਂ ਉਹ ਕਹਾਣੀ ਦਾ ਕਿਵੇਂ ਦੌਰ ਸ਼ੁਰੂ ਹੋਇਆ ਕਿ ਕੁਝ ਹੋਇਆ ਥੋੜਾ ਜਿਹਾ ਦੱਸੋ ਉਹ ਅਸਲ ਦੇ ਵਿੱਚ ਕੀ ਸੀਗਾ ਬੱਬੂ ਹੋਰੀ ਫਿਲਮ ਲੈਣ ਦੇ ਵਿੱਚ ਗਏ ਜੀ ਉਹਨਾਂ ਨੇ ਹਵਾਇਂ ਕੀਤੀ ਜੀ ਮੇਨ ਚਰਚਾ ਜਾਂ ਮਤਲਬ ਨੋਟਿਸ ਆਇਆ ਕਿ ਹਾਂ ਯਾਰ ਕੋਈ ਕੰਮ ਉਦੋਂ ਬਾਅਦ ਵਾਲੀ ਫਿਲਮ ਸ਼ਾਇਦ ਉਨੀ ਨਹੀਂ ਸੀਗੀ ਉਹਨੂੰ ਕਹਿਣ ਵਾਲਿਆਂ 'ਚ ਸ਼ਾਇਦ ਮੈਂ ਵੀ ਵਿੱਚ ਹੀ ਹੂੰਗਾ ਕਿ ਯਾਰ ਥੋੜਾ ਵਧੀਆ ਤਾਂ ਸੁਣਾ ਨਹੀਂ ਮਿਲੇ ਹੂੰ ਅੱਛਾ ਹੁੰਦਾ ਕਿ ਆ ਕਿ ਆ ਬੋਲੇ ਉਹ ਹੀ ਕੁੰਡਾ ਖੋਲੇ ਤੇ ਮੁੜ ਕੇ ਆ ਗਿਆ ਕਿ ਫਿਰ ਮੈਂ ਕਿਉਂਕਿ ਉਦੋਂ ਪਹਿਲਾਂ ਨਾ ਸ਼ਾਮਲਾਟ ਸੀਰੀਅਲ ਲਿਖ ਚੁੱਕਿਆ ਸੀਗਾ ਮੈਂ ਉਦੋਂ ਪਹਿਲਾਂ ਮੰਗੋ ਦੇ ਚੁੱਕਿਆ ਸੀ ਮੈਂ ਉਦੋਂ ਪਹਿਲਾ ਇੱਕ ਫਿਲਮ ਜਿਹੜੀ ਸੀਗੀ ਉਦੋਂ 90 99 ਦੀ ਉਹ ਗੱਲ ਹੈ 99 ਦੀ ਦੂਰਦਰਸ਼ਨ ਤੇ ਬਹੁਤ ਤੁਹਾਡੇ ਸੀਰੀਅਲ ਹਾਂ ਨਹੀਂ ਨਹੀਂ ਮੇਰੀ ਇੱਕ ਵੱਡੀ ਫਿਲਮ ਸੀ ਭੱਗਾਇ ਸ਼੍ਰੀ ਨੂੰ ਸਾਈਨ ਕੀਤਾ ਸੀ ਉਹ ਨਹੀਂ ਦਿਨੀ ਜੀ 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 ਚਰਨਜੀਤ ਹੁਜਾ 뮤직 ਬੈਂਕ ਕੰਪਨੀ ਦੀ ਬਹੁਤ ਵੱਡਾ ਪ੍ਰੋਜੈਕਟ ਸੀ ਉਹ ਮਤਲਬ ਉਹ ਬਣਿਆ ਨਹੀਂ ਉਹਨਾਂ ਦੀ ਕੋਈ ਕੰਟਰਡਿਕਸ਼ਨ ਆ ਗਈ ਉਦੋਂ 뮤직 ਬੈਂਕ ਟੁੱਟ ਗਿਆ ਉਹ ਨਹੀਂ ਦਿਨੀ ਤੇ ਵੈਰ ਦਵਿੰਦਰ ਹੁਣੀ ਸੀਗੀ ਖੰਨੀ ਵਾਲੇ ਨਾਲ ਇਨੂੰ ਲੱਗਦਾ ਸੀ ਬੱਬੂ ਨੂੰ ਵੀ ਮਾਠੀ ਲੇਖ ਲੈਂਦੇ ਨੇ ਮਤਲਬ ਵੀ ਸਾਡੀ ਵਾਰੀ ਆਈ ਤਾਂ ਮਤਲਬ ਤੁਸੀਂ ਜੀ ਅੱਛਾ ਚਲੋ ਇੱਕ ਹੁੰਦਾ ਹੈ ਸਾਡੇ ਗਰੁੱਪ 'ਚ ਸੰਗਤ ਦਾ ਬਹੁਤ ਵੱਡਾ ਰੋਲ ਹੈ ਸਾਰਿਆਂ ਨੇ ਇੱਕ ਕਰਕੇ ਕਰਤਾ ਵੀ ਮਾਸਟਰ ਜੀ ਇੱਕ ਫਿਲਮ ਲਿਖਣੀ ਹੈ ਮੈਂ ਇਹ ਕਹਿ ਕੇ ਖੜਾ ਛੜਾ ਲਿਆ ਵੀ ਚਲ ਇੱਕ ਲਿਖ ਦੂੰਗਾ ਜੀ ਚਲੋ ਐਨੀਵੇ ਬੱਬੂ ਆਪਨਾ ਮੈਂ ਉਹ ਫਿਲਮ ਲਿਖਦੇ ਆ ਵੀ ਦੇਖਿਆ ਬੱਬੂ ਨੂੰ ਆਪ ਨੂੰ ਫਿਲਮ ਸੈਂਸ ਬਹੁਤ ਹੈ ਜੀ ਉਹਨੇ ਨਾ ਬਹੁਤ ਇਹ ਜਗਾ ਤੇ ਵੀ ましਤੀ ਜਿਹਾ ਆਪਾਂ ਐ ਕਰ ਲਈਏ ਜਿਹਾ ਆਪਾਂ ਐ ਕਰ ਲੈਨੇ ਆ ਆਪਾਂ ਡਿਸਕਸ ਕਰਦੇ ਆ ਆਪਾਂ ਐ ਕਰ ਬਹੁਤ ਡਿਸਕਸ਼ਨ ਹੋਏ ਰੇਟਾ ਪੰਜਾਂ ਨੇ ਸਕ੍ਰਿਪਟ ਆ ਇਹ ਇੰਨਾ ਪਿਆ ਅੱਛਾ ਅਸੀਂ ਉਹ ਫਿਲਮ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਸੀ ਮੈਂ ਕੋਈ ਅਲੱਗ ਕਰਨਾ ਚਾਹੁੰਦਾ ਸੀ ਰਾਣਾ ਜੀ ਜਿਹੜਾ ਚੱਲੀ ਜਾਂਦਾ ਸੀਗਾ ਤੁਸੀਂ ਉਹ ਦੌਰ ਨੂੰ ਐ ਵੀ ਦੇਖ ਸਕਦੇ ਹੋ ਮੈਂ ਐਵੇਂ ਥੋਡੇ ਕੋਲ ਮਤਲਬ ਕਰਦੇ ਬੈਠੇ ਆ ਆਪਾਂ ਕਿ ਉਸ ਦੌਰ ਦੇ ਵਿੱਚ ਫਿਲਮਾਂ ਤੋਂ ਇੱਕ ਵਾਰ ਫੇਰ ਦਰਸ਼ਕ ਮੁਖ ਮੋੜ ਗਈ ਸੀ ਬਿਲਕੁਲ ਉਦੋਂ ਯੂਥ ਨੂੰ ਫਿਰ ਹਸ਼ਰੇ ਖਿੱਚ ਕੇ ਲਿਆਈਏ ਬਿਲਕੁਲ ਪੰਜਾਬੀ ਮੈਂ ਇਹ ਕਲੇਮ ਕਰ ਸਕਦਾ ਜੀ ਕਿ ਉਹ ਫਿਲਮ ਜਿਹੜੀ ਖਿੱਚ ਕੇ ਲਿਆਉਂਦੀ ਆ ਯੂਥ ਨੂੰ ਕਿ ਆ ਫਿਲਮ ਆਓ ਬੜੋ ਸਿਨੇਮੇ ਦੇ ਵਿੱਚ ਤੁਹਾਨੂੰ ਕਿ ਚੰਗਾ ਉਹ ਵੀ ਦਿੰਦੀ ਆ ਉਹਨਾਂ ਨੇ ਫਿਰ ਉਹ ਗੀਤ 'ਚ ਵੀ ਬੋਲਿਆ ਵੀ ਜਾ ਕੇ ਸਿਨੇਮੇ 'ਚ ਦੇਖ ਕੁੱਤੀ ਹਸ਼ਰ ਨੇ ਪਾਤੀ ਉਹ ਕੁੱਤੀ ਪਾਈ ਕਿ ਨਹੀਂ ਪਾਈ ਜੀ 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 ਅੱਛਾ ਉਹ ਫਿਰ ਦੁਬਾਰਾ ਆ ਗਿਆ ਜੀ ਹੁਣ ਬਣ ਗਈ ਹੂੰ ਚੱਲ ਵੀ ਗਈ ਹੂੰ ਬਹੁਤ ਜ਼ਿਆਦਾ ਯੂਥ ਨੇ ਤਾਂ ਕਮਾਲ ਹੋ ਗਿਆ ਉਹਨਾਂ ਦਾ ਬਹੁਤ ਬਹੁਤ ਅੱਛਾ ਰਿਸਪੌਂਸ ਜੀ ਜੀ ਹਾਂ ਮੈਂ ਜਦੋਂ ਲਿਖਦਾ ਲੋ ਬੰਦਾ ਕਈ ਵਾਰ ਲਿਖੀ ਜਾਂਦਾ ਹੁੰਦਾ ਕਰੀ ਜਾਂਦਾ ਹੁੰਦਾ ਕਿਹੜਾ ਪਤਾ ਹੁੰਦਾ ਕਿ ਫਿਲਮ ਲਾਈਨ ਦੇ ਵਿੱਚ ਨਹੀਂ ਪਤਾ ਲੱਗਦਾ ਹੂੰ 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 ਪਰ ਮੈਂ ਧੰਨਵਾਦੀਆਂ ਮਾਨ ਸਾਹਿਬ ਦਾ ਵੀ ਮੈਂ ਧੰਨਵਾਦੀਆਂ ਦਰਸ਼ਕਾਂ ਦਾ ਵੀ ਜਿਨ੍ਹਾਂ ਨੇ ਇੰਨਾ ਰਿਸਪੌਂਸ ਦਿੱਤਾ ਕਿ ਮੈਨੂੰ ਜਿਹੜਾ ਮੇਰਾ ਇੱਕ ਗੈਪ ਸੀਗਾ ਜੀ ਦੂਰਦਰਸ਼ਨ ਤੋਂ ਬਾਅਦ ਦਾ ਉਹ ਟੋਟਲ ਹਸ਼ਰ ਨੇ ਇੱਕ ਵਾਰਾਂ ਪੂਰਾ ਕਰ ਅੱਛਾ ਹਸ਼ਰ ਆਉਂਦੀ ਹੈ ਲਵ ਸਟੋਰੀ ਹਾਂ ਇੱਕ ਯੂਨੀਵਰਸਿਟੀ ਲਾਈਫ ਤੇ ਆਉਂਦੀ ਹੈ ਹਾਂ ਤੇ ਫਿਰ ਇੱਕਮ ਆਉਂਦੀ ਹੈ ਕਿ ਉਹਨਾਂ ਲੋਕਾਂ ਦੀ ਗੱਲ ਕਰਨੀ ਜਿਹੜਾ ਇੱਕ ਸਿਸਟਮ ਹੈ ਜ਼ਿਮੀਦਾਰਾ ਸਿਸਟਮ ਜਾਂ ਇੱਕ ਜਿਹੜਾ ਪਿੰਡਾਂ ਦੇ ਵਿੱਚ ਕਲਚਰ ਅਸੀਂ ਦੇਖਦੇ ਆਂ ਜਿਹੜਾ ਦਬਾਉਣ ਦੀ ਕੋਸ਼ਿਸ਼ ਜਾਂ ਸਰਕਾਰਾਂ ਦੇ ਖਿਲਾਫ ਜਾ ਕੇ ਉਹ ਹੀਰੋ ਜਿਹੜਾ ਕੰਮ ਕਰਦਾ ਉਸ ਫਿਲਮ ਚ ਉਹ ਇਦਾਂ ਅਸਲ ਚ ਜੀ ਮੈਨੂੰ ਨਾ ਹਟਕੇ ਕੰਮ ਕਰਨ ਦੀ ਆਦਤ ਹੈ ਜੀ ਮਾਸਟਰ ਸਵਾਲ ਉਹੀ ਹੈ ਕਿ ਹਸ਼ਰ ਹਿੱਟ ਹੁੰਦੀ ਆ ਬਹੁਤ ਜ਼ਿਆਦਾ ਤੇ ਪਰ ਉਹ ਜਿਹੜਾ ਕਨਸੈਪਟ ਆ ਉਹ ਬਿਲਕੁਲ ਚੇਂਜ ਹੋ ਜਾਂਦਾ ਇੱਕਮ ਚਾਕੇ ਹੋਣਾ ਨਹੀਂ ਚਾਹੀਦਾ ਜੀ ਦੇਖੋ ਮੈਂ ਤੁਹਾਨੂੰ ਸਪਸ਼ਟ ਜੀ ਗੱਲ ਦੱਸਾਂ ਕਿ ਮੇਰਾ ਹਟਕੇ ਕੰਮ ਕਰਨ ਦਾ ਰਹਿੰਦਾ ਮੰਨ ਲਓ ਜਦੋਂ ਹਸ਼ਰ ਆਉਂਦੀ ਹੈ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਕਿ ਉਦੋਂ ਪਹਿਲਾਂ ਮੈਨੂੰ ਦੱਸੋ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਉਰਦੂ ਦੇ ਵਿੱਚ ਹੈਨਾ ਉਸ ਕਨਸੈਪਟ ਦੇ ਉੱਤੇ ਕੋਈ ਫਿਲਮ ਸੀਗੀ ਜੀ ਇੱਕ ਸਿੰਗਲ ਜਾਂ ਪੰਜਾਬੀ ਦੇ ਸਕਰੀਨ ਦੇ ਉੱਤੇ ਕਦੇ ਕਾਲਜ ਦੀ ਪੋਲਿਟਿਕਸ ਸੀਗੀ ਹਮ ਕਾਲਜ ਦੇ ਸਟੂਡੈਂਟਸ ਦੀ ਗੱਲ ਸੀਗੀ ਮੈਨੂੰ ਲੱਗਦਾ ਸੀਗਾ ਕਿ ਇਹ ਵੀ ਇੱਕ ਵਰਗ ਆ ਯਾਰ ਇਹਨਾਂ ਨੂੰ ਤੁਸੀਂ ਉਹੀ ਮਢੀਰ ਕਹਿ ਕੇ ਪਰੇ ਕਰ ਦਿੰਦੇ ਹੋ ਜੀ ਜੀ ਇੱਕ ਕਰਦੇ ਸੀ ਨਾ ਜਿੰਨੇ ਸਿਨੇਮਾ ਵਾਲੇ ਲੋਕ ਸੀਗੇ ਓਏ ਛੋਟੋ ਛੋਟੋ ਕਿਉਂਕਿ ਪੰਜਾਬ ਦਾ ਇੱਕ ਦੌਰ ਹੈ ਕਿ ਜੇ ਕਮੇਡੀ ਬਣਾਉਣ ਲੱਗੇ ਤਾਂ ਕਮੇਡੀ ਜੇ ਪੀਰੀਅਡ ਫਿਲਮਾਂ ਬਣਾਉਣ ਲੱਗੇ ਤਾਂ ਪੀਰੀਅਡ ਫਿਲਮਾਂ ਜੇ ਹਿਸਟਰੀ ਦਿਖਾਉਣ ਲੱਗੇ ਤਾਂ ਹਿਸਟਰੀ ਹਾਈ ਕੁਝ ਚੱਲਦਾ ਮੈਂ ਉਹ ਫਿਲਮ ਕੀਤੀ ਜੀ ਯੂਥ ਨੂੰ ਸਮਝਣ ਦਾ ਯਤਨ ਕੀਤਾ ਓਕੇ ਹੁਣ ਦੂਜੀ ਵੀ ਮੈਂ ਯੂਥ ਨੂੰ ਸਮਝੀ ਚਮ ਤੀਜੀ ਵੀ ਯੂਥ ਨੂੰ ਹੈਨਾ ਹਸ਼ਰਾਨ ਹਸ਼ਰ 2 ਹਸ਼ਰ 3 ਹਸ਼ਰ 8 ਹੈਨਾ ਚਲਾਈ ਜਾਂਦੇ ਕਹਾਣੀ ਲੋਕਾਂ ਨੂੰ ਇਹ ਲੱਗਾ ਵੀ ਜਿੱਥੇ ਛੱਡੀਆਂ ਹੁਣ ਪੂਤ ਆਊਗੀ ਉਹ ਮਿਲਣਾ ਲੱਗਾਤੇ ਆਊਗੀ ਜੇ ਫਿਰ ਹੋਰ ਨੇ ਬਣਾਉਣੀ ਬਣਾ ਲੇ ਮੈਨੇ ਨਹੀਂ ਹੁਣ ਵੀ ਚਰਚਾ ਚ ਚੱਲਦੀ ਰਹਿੰਦੀ ਹੈ ਕਹਿੰਦੇ ਹਸ਼ਰ 2 ਥੋੜਾ ਬਣਾਉਂਗਾ ਮੈਂ ਕੋਈ ਬੰਦਾ ਬਣਾ ਸਕਦਾ ਡੋਨੋ ਬੱਬੂ ਜਾਣੇ ਉਹ ਜਾਣੇ ਪਰ ਦੂਜੀ ਦੇ ਵਿੱਚ ਮੈਨੂੰ ਲੱਗਿਆ ਕਿ ਯਾਰ ਕਿਸਾਨ ਖੁਦਕਿਸ਼ੀਆਂ ਕਰ ਰਹੇ ਨੇ ਜੀ 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 ਕ੍ਰਾਈਸਿਸ ਇੰਨਾ ਵੱਧ ਗਿਆ ਹੂੰ ਤੇ ਸਿਆਸਤ ਜਿਹੜੀ ਆ ਉਹ ਪਰੋਸੇ ਦੇ ਕਾਬਲ ਨਹੀਂ ਰਹਗੀ ਪਰਵਾਰਾਂ ਦੇ ਵਿੱਚ ਕੌਂਟਰਡਿਕਸ਼ਨ ਜਿੰਨੀਆਂ ਆ ਗਈਆਂ ਕਿ ਟੁੱਟ ਰਹੇ ਨੇ ਸਾਡੇ ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਾਰੀਆਂ ਚੀਜ਼ਾਂ ਸ਼ੋਹਣ ਮੈਂ ਉਹ ਸਾਰੀਆਂ ਚੀਜ਼ਾਂ ਤੋਂ ਜਿੰਨਾ ਮੈਂ ਤਪਿਆ ਹੋਇਆ ਸੀਗਾ ਦੇਖੋ ਮੈਂ ਇੱਕ ਫਿਲਮ ਬੋਲ ਮੰਨ ਲਿਖ ਲੈਣਾ ਪਰ ਮੈਂ ਇੱਕ ਕਮਿਟਿਡ ਬੰਦਾ ਐ ਮੈਂ ਉਵੇਂ ਤਾਂ ਹੈ ਨਹੀਂ ਖੁੱਲਾ ਕਲਾ ਕੰਮ ਜੇ ਮਾਸਟਰ ਜੀ ਤੁਹਾਡਾ ਡਾਇਲੋਗ ਅਸੀਂ ਬਹੁਤ ਯੂਜ਼ ਕਰਦੇ ਆ ਹਮੇਸ਼ਾ ਮੈਂ ਹਰ ਰੋਜ਼ ਹੀ ਕਰਦਾ ਤੈਨੂੰ ਕਿ ਜਦੋਂ ਲੋਕ ਜਾਗ ਜਾਣ ਫਿਰ ਸਰਕਾਰਾਂ ਨੂੰ ਝੁਕਣਾ ਪੈਂਦਾ ਝੁਕਣਾ ਪੈਂਦਾ ਰਾਈਟ ਬਿਲਕੁਲ ਠੀਕ ਹੈ ਮੈਨੂੰ ਲੱਗਿਆ ਕਿ ਯਾਰ ਹੁਣ ਕੰਮ ਜਿਹੜਾ ਕਰਾਂਗੇ ਨਾ ਇਸ ਟਾਪਿਕ ਤੇ ਕਰਾਂਗੇ ਮੈਂ ਆਪਣੀ ਵਿਚਾਰਧਾਰਾ ਆਪਣੀ ਗੱਲ ਆਪਣੇ ਅੰਦਰ ਜੋ ਹੈ ਜੀ ਨਿਸ਼ਚਿਤ ਰੂਪ ਦੇ ਵਿੱਚ ਇਸ ਕੰਮ ਲਈ ਬੱਬੂ ਮਾਨ ਦਾ ਹੰਗਾਰਾ ਵੀ ਮੇਰੇ ਲਈ ਮਹੱਤਵਪੂਰਨ ਸੀਗਾ ਨਹੀਂ ਯਾਰ ਗੱਲ ਰਾਣਾ ਜੀ ਆਇਆ ਵੀ ਕਿਹੜਾ ਬੰਦਾ 2.5 ਕਰੋੜ ਕੱਢ ਕੇ ਲਾਉਂਦਾ ਜੀ 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 ਕਿਹੜਾ ਐਵੇਂ ਪਾਗਲ ਥੋੜਾ ਅਗਲਾ ਕਹਿੰਦਾ ਵੀ ਤੁਸੀਂ ਆਪਣੀ ਇੱਥੇ ਕਰਨੀ ਆ ਵਿਚਾਰਸਾਰਾ ਜੀ ਹੈਨਾ ਉਂ ਕਰ ਲੈਂਦੇ ਆ ਆਪਾਂ ਲੱਖ ਡੇਢ ਲੱਖ ਖਾਲੀ ਅਗਲਾ ਕਰੋੜਾਂ ਚ ਨਹੀਂ ਲਾਉਂਦਾ ਜੀ ਜੀ ਪਰ ਬੱਬੂ ਨੇ ਲਾਇਆ ਤੇ ਮੇਰੀ ਇਹ ਸੀ ਕਿ ਇਹ ਫਿਲਮ ਇਸ ਤਰ੍ਹਾਂ ਲਿਖੀ ਜਾਵੇ ਕਿ ਮਾਈਲਸਟੋਨ ਤਾਂ ਹੋਵੇ ਪਰ ਕੋਈ ਗੱਲ ਵੀ ਕਰ ਜਵੇ ਕੁਝ ਰਿਟਰਨ ਵੀ ਆਵੇ ਰੈਵਨਿਊ ਤਾਂ ਕਿ ਇਹ ਨਾ ਹੋਵੇ ਵੀ ਪ੍ਰੋਡਿਊਸਰ ਜਿਹੜਾ ਮੁੜ ਕੇ ਕੱਲ ਨੂੰ ਕੰਮ ਨਾ ਕਰੇ ਉਹ ਮੈਂ ਸੋਚਦਾ ਸੀਗਾ ਕਿ ਇਹ ਫਿਲਮ ਜਿਹੜੀ ਹੈ ਇਸ ਤਰ੍ਹਾਂ ਲਿਖੀ ਜਾਵੇ ਮਾਂ ਕਿਸਾਨ ਦੀ ਕੀ ਪਿੰਡ ਦੀ ਘਰ ਦੀ ਮੁੰਬੇ ਪਤਾ ਨਹੀਂ ਕੀ ਜੋ ਮੇਰੇ ਅੰਦਰ ਸੀਗਾ ਮੈਂ ਸਾਰਾ ਉਹਦੇ ਵਿੱਚ ਬਹੁਤ ਕੁਝ ਸੀ ਮੈਨੂੰ ਇੱਕ ਪੁੱਛਦੇ ਆ ਉਦੋਂ ਜਦੋਂ ਅਸੀਂ ਪ੍ਰੀਮੀਅਰ ਤੇ ਗਏ ਤੁਸੀਂ ਜੀ ਇਹ ਪ੍ਰੇਰਣਾ ਕਿੱਥੋਂ ਲਈ ਹਮ ਮਾਂਖ ਮਾਨੋ ਦੀਆਂ ਬਿੱਲਾਂ ਦਾ ਪਾਣੀ ਜਿਹੜਾ ਹੈਗਾ ਗੰਦਾ ਉਹ ਸਾਡੇ ਸਵਾਹ ਵੀ ਸਿੱਟ ਜਾਂਦੇ ਨੇ ਸੂਏ ਦੇ ਵਿੱਚ ਜੀ ਜੀ ਸਾਡੇ ਪਿੰਡਾਂ ਦੇ ਨਲਕਿਆਂ ਦੇ ਵਿੱਚੋਂ ਪਾਣੀ ਆਉਣ ਲੱਗ ਗਿਆ ਦੂਜਾ ਹਮ ਹੈਨਾ ਬਿਲਕੁਲ ਤੇ ਮੈਂ ਪ੍ਰੇਰਣਾ ਲੈਣ ਦਾ ਕਿਤੇ ਹੋਰ ਜਾਵਾਂ ਹਮ 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 ਸਾਡੇ ਪਿੰਡਾਂ ਦੇ ਵਿੱਚ ਜੋ ਚੱਲਦਾ ਹੈ ਜੀ ਜੀ ਜੋ ਅਸੀਂ ਹੰਡਾਉਨੇ ਆ ਜੋ ਅਸੀਂ ਦੇਖਦੇ ਆ ਉਹ ਜੋ ਅਸੀਂ ਦੇਖਦੇ ਆ ਹਮ ਅਸੀਂ ਉਹ ਚੀਜ਼ ਨੂੰ ਪਰ ਤੁਹਾਨੂੰ ਕਿਤੇ ਇਹ ਨਹੀਂ ਲੱਗਿਆ ਹੈਗਾ ਵੀ ਇਹ ਚੀਜ਼ ਸਿਨੇਮਾ ਜਾਂ ਦਰਸ਼ਕ ਇਸ ਚੀਜ਼ ਨੂੰ ਕਿਉਂਕਿ ਇਹ ਕਮਰਸ਼ੀਅਲ ਮਾਡਲ ਘੱਟ ਹੁੰਦੇ ਆ ਨਾ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਨੇ ਕਮਰਸ਼ੀਅਲ ਮਾਡਲ ਨਹੀਂ ਹੁੰਦੀਆਂ ਹੈਗੀਆਂ ਨਹੀਂ ਪਰ ਕਮਰਸ਼ੀਅਲ ਲਿਓ ਨੇ ਕਮਾਇਆ ਪਤਾ ਕਮਾਇਆ ਬਹੁਤ ਕਮਾਇਆ ਜੀ ਜੀ ਕਮਾਉਣ ਨਾਲੋਂ ਵੱਧ ਮੈਂ ਇਹ ਸੋਚਦਾ ਕਿ ਇਹਦਾ ਮਤਲਬ ਹੈਗਾ ਕਿ ਉਹਨੇ ਦਰਸ਼ਕ ਦੇਖਣ ਦਾ ਹੈ ਨਾ ਤਾਂ ਹੀ ਹੁਣ ਤੁਸੀਂ ਕੀ ਕਰਦੇ ਹੋ ਨਾ ਮੈਂ ਮੈਂ ਛੋਟੀਆਂ ਫਿਲਮਾਂ ਵੀ ਕੀਤੀਆਂ ਨੇ ਅੱਜ ਕੱਲ ਮੇਰੀ ਮੰਗੋ ਫਿਲਮ ਚੱਲ ਰਹੀ ਹੈ ਮੇਰਾ ਮਤਲਬ ਹੈ ਕਿ ਮੈਂ ਕਰ ਲੈਣਾ ਹੂੰ ਪਰ ਮੈਨੂੰ ਲੱਗਦਾ ਹੈ ਕਿ ਯਾਰ ਉਹਨੂੰ ਦੇਖਣ ਦਾ ਹੁਣ 59 ਮੂਵੀਜ਼ ਦੇ ਨਾਮ ਤੇ ਤੁਸੀਂ ਫਿਲਮ ਬਣਾ ਲਈ ਘਰ ਬਹਿ ਕੇ ਆਪੇ ਦੇਖ ਲਈ ਫੇਰ ਕੀ ਹੋਇਆ ਜੀ ਮੰਗੋ ਮੰਗੋ ਤੋਂ ਗੱਲ ਜਾਦ ਆ ਗਈ ਕਿਉਂਕਿ ਮੰਗੋ ਦੇਖੀ ਬਹੁਤ ਲੋਕਾਂ ਨੇ ਹਾਂ ਤੇ ਜਿਹੜੀ ਉਹਨਾਂ ਦੇ ਵਿੱਚ ਕਿ ਤੁਸੀਂ ਮੈਂ ਤੁਹਾਡੀ ਫੇਸਬੁੱਕ ਤੇ ਦੇਖ ਰਿਆ ਸੀ ਪੋਸਟ ਕਿ ਤੁਸੀਂ ਕਹਿੰਦੇ ਕਿ ਮਤਲਬ ਪਸ਼ੂਆਂ ਤੋਂ ਵੀ ਤੁਸੀਂ ਡੰਗਰਾਂ ਤੋਂ ਕੰਮ ਕਰਾ ਡੰਗਰਾਂ ਤੋਂ ਵੀ ਕੰਮ ਕਰਾਤਾ ਡੰਗਰ ਪਸ਼ੂਆਂ ਤੋਂ ਵੀ ਤੁਸੀਂ ਕਿ ਐਕਟਿੰਗ ਕਰਾਤੀ ਉਸ ਫਿਲਮ ਦੇ ਵਿੱਚ ਉਹਦੇ ਬਾਰੇ ਜ਼ਰੂਰ ਦੱਸ ਦਿਓ ਥੋੜਾ ਜਿਹਾ ਕਿਉਂਕਿ ਲੋਕਾਂ ਨੇ ਦੇਖੀ ਹੋਈ ਆ ਪਰ ਇਹ ਨਹੀਂ ਪਤਾ ਵੀ ਉਹਦੇ ਪਿੱਛੇ ਕੌਣ ਸੀਗਾ ਉਸ ਫਿਲਮ ਦੇ ਵਿੱਚ ਨਹੀਂ ਉਹਦੇ ਪਿੱਛੇ ਦੇਖੋ ਤਿੰਨ ਬੰਦਿਆਂ ਦਾ ਮੈਂ ਜ਼ਿਕਰ ਕਰੂੰਗਾ ਮੇਰੇ ਹਿੱਸੇ ਕਲਾ ਦਾ ਉਹ ਫਿਲਮ ਬਾਰੇ ਦੱਸੋ ਮੰਗੋ ਬਾਰੇ ਦੱਸੋ ਹੂੰ ਦੇਖੋ ਮੰਗੋ ਜਿਹੜੀ ਸੀਗੀ ਨਾ ਉਹ ਮਨੁੱਖਾਂ ਨੂੰ ਇਹ ਸਿੱਖਿਆ ਦੇਣ ਦੇ ਲਈ ਉਹ ਕਹਾਣੀ ਆ ਸੰਤੋਖ ਸਿੰਘ ਧੀਰ ਸਾਹਿਬ ਦੀ ਹੂੰ ਜਿਨ੍ਹਾਂ ਦਾ ਕੱਲ ਸ਼ਤਾਬਦੀ ਦਿਨ ਸੀਗਾ 21 ਤਰੀਕ ਨੂੰ ਹੂੰ ਉਹ ਸ਼ਤਾਬ ਜੀ ਕਹਾਣੀ ਦੇ ਉੱਤੇ ਮੈਂ ਉਹ ਗੱਲ ਕਰੀ ਸੀ ਜੀ ਸ਼ਤਾਬ ਦੀ ਜ਼ਿੰਦ ਦੇ ਉੱਤੇ ਹੂੰ 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 ਸੰਤੋਖ ਸਿੰਘ ਧੀਰ ਹੋਰਾਂ ਨੇ ਕਹਾਣੀ ਲਿਖੀ ਦੋ گاਵਾਂ ਦਾ ਇੱਕੋ ਕਲੈਸ਼ ਜੀ 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 ਮੈਨੂੰ ਕੀ ਲੱਗਿਆ ਕਿ ਯਾਰ ਕੀ ਇਹ ਇੱਕੋ ਕਲੈਸ਼ ਜਿਹੜਾ ਧੀਰ ਸਾਹਿਬ ਕਹਾਣੀ ਚ گاਵਾਂ ਦਾ ਦੱਸਦੇ ਨੇ ਇਹ ਥੜਾ ਇਹ ਪਸ਼ੂ ਵਰਤੀ ਜੇ ਹੈ ਇਹ ਮਨੁੱਖਾਂ ਚ ਨਹੀਂ ਹੈ ਮੈਂ ਉਹਨੂੰ ਦੁਬਾਰਾ ਖੋਲ ਲਿਆ ਕਹਾਣੀ ਨੂੰ ਮੈਂ ਨਾਲ ਇਕੋ ਲਈ ਇੱਕ ਜੋੜੀ ਜਿਹੜੇ ਕੋਲ ਮੈਂ ਵੀ ਕੀਤਾ ਇੱਕ ਮਨਜੀਤ ਰਾਏ ਨੇ ਕੀਤਾ ਅਸੀਂ ਉਹ ਸਾਰੀ ਜਿਹੜੀ گاਵਾਂ ਦੀ ਕਹਾਣੀ ਸੀ ਉਹਦੇ ਪੈਰਲਲ ਇੱਕ ਕਹਾਣੀ ਮੈਂ ਹੋਰ ਖੜੀ ਕੀਤੀ ਇੰਨਾ ਮੈਂ ਕੀਤਾ ਸਰਿੰਦਰ ਸ਼ਰਮਾ ਜੀ ਸਾਡੇ ਡਾਇਰੈਕਟਰ ਸੀ ਦੂਰਦਰਸ਼ਨ ਤੇ ਉਹਨਾਂ ਨੇ ਕੀਤੀ ਤੇ ਮੈਂ ਰੀਅਲੀ ਦੋ گاਵਾਂ ਤੋਂ ਕਹਿ ਸਕਦਾ ਕਿ ਮੈਂ ਵੀ ਸ਼ਰਮਾ ਜੀ ਨੇ ਵੀ ਅਸੀਂ ਰਲ ਕੇ ਇਹਦਾ ਬਣਾਇਆ ਜਟਾਣੇ ਉੱਚੇ ਪਿੰਡ ਦੇ ਵਿੱਚ ਸ਼ੂਟਿੰਗ ਉਹ ਪਿੰਡ ਸਾਰਾ ਹੀ ਲੱਗਿਆ ਰਿਆ ਨਿਆਣੇ ਨਿੱਕੇ ਸਾਡੇ ਜਿਹੜੇ ਸਕੂਲ ਵਾਲੇ ਸੀਗੇ ਉਹਨਾਂ ਨੇ ਵੀ ਬਹੁਤ ਪਿਆਰੀ ਰੋਲ ਕੀਤੇ ਹੋਏ ਆ ਮੈਂ ਸੋਚਦਾ ਕਿ ਏਡੀ ਪਿਆਰੀ ਉਹ ਟਾਈਮ ਦੇ ਹਿਸਾਬ ਨਾਲ ਹੁਣ ਦੇਖੋ ਟੈਕਨੀਕ ਵੀ ਬਦ ਗਈ ਹੋਰ ਸਾਰੀਆਂ ਚੀਜ਼ਾਂ ਆ ਗੀਆਂ ਉਹ ਟਾਈਮ ਤੁਸੀਂ 90 89 ਐਕਸੈਕਟਲੀ ਕਹਿ ਸਕਦਾ ਉਹਨਾਂ ਦਿਨਾਂ ਚ ਜਾ ਕੇ ਦੇਖੋ ਕਿ ਤੁਸੀਂ ਦੋ گاਵਾਂ ਦੇ ਈਗੋ ਕਲੈਸ਼ ਨੂੰ ਫੜ ਰਹੇ ਹੋ ਇੱਥੇ ਤਾਂ ਬੰਦਿਆਂ ਦੇ ਕਲੈਸ਼ ਨਹੀਂ ਫੜ ਹੁੰਦੇ ਬਾਈ ਜੀ 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 ਅੱਜ ਵੀ ਹੂੰ ਅੱਜ ਵੀ ਫਿਲਮ ਦੇ ਸੀਐਨ ਸਿੱਧੀਆਂ ਹੁੰਦੇ ਨੇ ਕਮੇਡੀ ਜਦ ਮਾਰਦੇ ਨੇ ਕੋਈ ਕਲੈਕਸ ਕਲੂਚ ਨਹੀਂ ਪੜਦਾ ਇੱਕ ਬੜੀ ਸੂਖਮ ਸਾਰੀ ਫੜੀ ਫਿਰ ਉਹਨੂੰ ਹਿਊਮਨ ਬੀਇੰਗ ਚ ਕਿਵੇਂ ਆਪਰੇਟ ਕਰਦੀ ਆ ਉਹਨੂੰ ਉਹ ਚ ਟ੍ਰਾਂਸਲੇਟ ਕੀਤਾ ਜੀ 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 ਕਿ ਅਸੀਂ ਬਰਾਬਰ ਜਿਹੜੇ ਮੈਂ ਉੱਥੇ ਮੈਂ ਖੜੇ ਕੀਤੇ ਇਸ ਕਰਕੇ ਮੈਂ ਕਲੇਮ ਕਰ ਸਕਦਾ ਹਾਂ ਅਸੀਂ ਉਹਨੂੰ ਸ਼ੂਟਿੰਗ ਨੂੰ ਜਦੋਂ ਮਨ ਲੈ ਗਾਂ ਮਰਦੀ ਆ ਯਾਰ ਹੂੰ ਉਹ ਟੈਨਸ਼ਨ ਹੁੰਦੀ ਆ ਉਹਨੂੰ ਕਿ ਯਾਰ ਮੇਰੇ ਨਾਲ ਕੀ ਹੋ ਰਿਹਾ ਹੈ ਤੁਸੀਂ ਗੱਲ ਕਰਦੇ ਹੋ ਤੁਸੀਂ ਦੇਖਿਓ ਹੁਣ ਜਦ ਦੁਬਾਰਾ ਹੋਊਗਾ ਉਦੋਂ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਹੱਕਾਂ ਦਾ ਰੌਲਾ ਚੱਲਦਾ ਸੀਗਾ ਉਹ ਚ ਇੱਕ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਉਹਦੇ ਮੂਹਰੇ ਚ ਲਿਜਾ ਕੇ ਪਾਣੀ ਦੀ ਬਾਲਟੀ ਦੂਜੇ ਦੇ ਕੋਲ ਰੱਖ ਦਿੰਦੀ ਐ ਤੇ ਉਹ ਗਾਂ ਦੂਜੀ ਬੋਲਦੀ ਐ ਕਹਿੰਦੀ ਹੁਣ ਦੱਸੋ ਪਾਣੀ ਦੀ ਲੋੜ ਮੈਨੂੰ ਨਹੀਂ ਸੀ ਮੈਂ 99 ਚ ਗੱਲ ਕੀਤੀ ਸੀ ਬਾਈ ਜੀ ਇਹ ਜੀ 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 ਬਹੁਤ ਸਾਰੀਆਂ ਗੱਲਾਂ ਮੈਂ ਜੋ ਕਮਲ ਮਾਰ ਸਕਦਾ ਉਹ ਜਿਹੜੀ ਜੋ ਮੇਰੇ ਮਨ ਚ ਅਵਾਲ ਸੀਗਾ ਮੈਂ ਉਹ ਸਕ੍ਰਿਪਟ ਚ ਕੀਤਾ ਅਪ ਰੋਲ ਵੀ ਕੀਤਾ ਅੱਛਾ ਅਸੀਂ ਦੂਰਦਰਸ਼ਨ ਤੋਂ ਬੰਦੇ ਨਹੀਂ ਲਏ ਜੀ ਉਹ ਸਾਡੀ ਮੇਰੀ ਤੇ ਮੇਰੇ ਦੋਸਤੀ ਇੱਕ ਗੱਲ ਹੋਈ ਸੀਗੀ ਮੈਂ ਇੱਥੋਂ ਹੀ ਲਮਾਂਗੇ ਹਮ ਅਸੀਂ ਇੱਕ ਸ਼ਾਹਕਾਰ ਉਸ ਕੰਟੈਂਟ ਬਣਾਇਆ ਸੀਗਾ ਜੀ ਜੀ ਤੇ ਉਹ ਮੇਰੇ ਖਿਆਲ ਆ ਕਿ ਡੰਗਰਾਂ ਤੋਂ ਉਹਨਾਂ ਕਿਉਂਕਿ ਅਸੀਂ ਤਾਂ ਸਪੋਰਟ ਕਰ ਰਹੇ ਸੀ ਨਾ ਹਮ ਮੇਨ ਕੰਟਰਡਿਕਸ਼ਨ ਦੋ ਜਿਹੜੇ ਉਹ ਦਾਵਾ ਸੀਗੀਆਂ ਉਹਨਾਂ ਦੇ ਦਰਗੋਲੇ ਘੁੰਮਦੀਆਂ ਨਿੱਕੇ 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 ਚੀਜ਼ ਨੂੰ ਫੜਨਾ ਉਹ ਵੀਰੇ ਬਹੁਤ ਔਖਾ ਸੀਗਾ ਬਿਲਕੁਲ ਉਹ ਜਿਹੜਾ ਮੂੰਹ ਪਰ ਇਹਨੂੰ ਮਾਰਨਾ ਜਾਂ ਉਹ ਕੋਈ ਸ਼ਾਰਟ ਲੈਣੇ ਅੱਛਾ ਮੰਨ ਲਾ ਉਹ ਉਹ ਟੈਂਸ਼ਨ ਹੁੰਦੀ ਹੈ ਉਹ ਡਿੱਗਦੀ ਹੈ ਹੂੰ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਨਾਲ ਇੱਕ ਡਾਕਟਰ ਸੀਗਾ ਆ ਸ਼ਾਸਤਰੀ ਸੀ ਸ਼ੈਦ ਨਾਮ ਉਹਨਾਂ ਦਾ ਉਹ ਡਾਕਟਰ ਸੀਗੇ ਮਟਰਨਿਟੀ ਤੇ ਉਹਨਾਂ ਨੇ ਟੀਕਾ ਲਾਉਣਾ ਕਿ ਜਦੋਂ ਉਹਨੇ ਟੈਂਸ਼ਨ ਦੇ ਵਿੱਚ ਗਾਂ ਨੇ ਡਿੱਕਣਾ ਹੈ ਕਿ ਮੇਰੇ ਨਾਲ ਤਾਂ ਜਮੇ ਹੀ ਮਤਲਬ ਮਿਸਬੀਹੇਵ ਹੋ ਰਿਹਾ ਮੈਨੂੰ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਉਹ ਜਦੋਂ ਡਿਗਦੀ ਆ ਤਾਂ ਸਾਨੂੰ ਆ 3 ਮਿੰਟ ਬਤਵਤ ਸੀਨ ਕਰਨ ਨੂੰ ਮਿਲਦੇ ਬੱਬਲ ਨੇ ਰੋਲ ਕੀਤਾ ਸੀ ਉਦੋਂ ਮਨਜੀਦ ਉਹਦੇ ਡੈਡੀ ਨੇ ਮਨਜੀਦ ਨੇ ਵੀ ਕੀਤੀ ਬੱਬਲ ਛੋਟਾ ਜਿਹਾ ਸੀਗਾ ਮੇਰਾ ਭਤੀਜੇ ਦਾ ਰੋਲ ਕਰਦਾ ਅੱਛਾ ਉਹ ਕੀ ਹੁੰਦਾ ਹੈ ਕਿ 3 ਮਿੰਟ ਦੇ ਵਿੱਚ ਵਿੱਚ ਅਸੀਂ ਆਪਣਾ ਸੀਨ ਸਬਮਿਟਣਾ ਹੁੰਦਾ ਸੀ ਉਸ ਤੋਂ ਬਾਅਦ ਉਹ ਪਰੇ ਮਾਰਦਾ ਸੀਗਾ ਡਾਕਟਰ ਤੁਹਾਨੂੰ ਕੋ 3 ਮਿੰਟ ਬਾਅਦ ਸਾਡਿਓ ਗਾ ਨੂੰ ਕੋਈ ਨੁਕਸਾਨ ਹੋ ਸਕਦਾ ਹੈ ਬਿਲਕੁਲ ਫਿਰ ਦੂਜੇ ਦਿਨ ਉਹਨੂੰ ਚੱਕ ਕੇ ਮੰਨ ਲਾ ਉਹਦੇ ਤੇ ਲੱਦਣਾ ਹੂੰ ਬੋਡੀ ਨੂੰ ਉਹਦੀ ਨੂੰ ਤੇ ਟੀਕਾ ਲਾਉਣ ਤੋਂ ਬਾਅਦ ਸਾਨੂੰ 3 ਮਿੰਟੇ ਮਿਲਦੇ ਸੀਗੇ ਹੂੰ ਕਿ ਉਹਦੇ ਵਿੱਚ ਵਿੱਚ ਸੀਨ ਪੂਰਾ ਕਰਨਾ ਸੀਨ ਪੂਰਾ ਕਰਨਾ ਬੜਾ ਚੈਲੈਂਜਿੰਗ ਪ੍ਰੋਜੈਕਟ ਸੀਗਾ ਅੱਛਾ ਇੰਟਰਸਟਿੰਗ ਇਹ ਵੀ ਹੈ ਜੀ ਕਿ ਉਦੋਂ ਦੂਰਦਰਸ਼ਨ ਦੇ ਕੈਮਰੇ ਤੁਸੀਂ ਪੁੱਛ ਲਿਓ ਜਾਂ ਉਥੇ ਕਢਾ ਲਿਓ ਰਿਕਾਰਡ ਕਿ ਕਿੰਨੇ ਕਿ ਨਿਕਲਦੇ ਸੀ ਪਿੰਡਾਂ ਸ਼ੂਟਿੰਗ ਕਰਨ ਨੂੰ ਬਿਲਕੁਲ ਕੋਈ ਨੀਤੀ ਆਉਂਦਾ ਪਿੰਡਾਂ ਚੋਂ ਕੋਈ ਨਹੀਂ ਸੀ ਤੁਰਦਾ ਅਸੀਂ ਜ਼ਿੰਮੇਵਾਰੀ ਲਈ ਸੀ ਕਿ ਤੁਹਾਨੂੰ ਸਹੀ ਸਲਾਮਤ ਰਿਆਵਾਂਗੇ ਸਹੀ ਸਲਾਮਤ ਵਾਪਸ ਕਰਾਂਗੇ ਐਨ ਇੰਜੋਏ ਕਰਦੇ ਆਏ ਨੇ ਲੋਕਾਂ ਨੇ ਪਿੰਡ ਚ ਬਹੁਤ ਬਹੁਤ ਦੌਰ ਲੰਬਾ ਆ ਮਾਸਟਰ ਜੀ ਕੇ 90 ਹਾਂ ਦੇ ਲੱਗੇ ਹੋਏ 220 ਪਹੁੰਚ ਗਿਆ ਹਾਲੇ ਵੀ ਪ੍ਰੋਜੈਕਟ ਜਾਰੀ ਨੇ ਹੋਰ ਕੀ ਕਰੀਗੇ ਹਮ ਇਹਨੂੰ ਦੱਸੋ ਵੀ ਬੰਦਾ ਕਰੇ ਕੀ ਆਹੀ ਦੇਖੋ ਪਤਾ ਕੀ ਆ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਰਹਿਣਾ ਜੀ ਇਹੀ ਹੈ ਕਿ ਬੰਦਾ ਕੁਝ ਕਰਦਾ ਹੋਵੇ ਜੀ ਜੀ ਜੇ ਨਹੀਂ ਕਰਦਾ ਫਿਰ ਮਤਲਬ ਮਰੇ ਤੇ ਨਾ ਕਰਦੇ ਚ ਬਹੁਤਾ ਮੈਂ ਫਰਕ ਨਹੀਂ ਮਾਸਟਰ ਜੀ ਤਰਕਸ਼ੀ ਲਾਗੂ ਵੀ ਨਹੀਂ ਤਰਕਸ਼ੀ ਵਾਲੇ ਗੱਲਾਂ ਫੇਰ ਕਿਸੇ ਦਿਨ ਕਰਾਂਗੇ ਪਰ ਹੁਣ ਅੱਜ ਰੰਗਮੰਚ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਜੰਦ ਜੰਦੇ ਮਾਸਟਰ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਦੇਖੋ ਜ਼ਿੰਦਗੀ ਦੇ ਵਿੱਚ ਮੈਂ ਇੱਛਾ ਇਹ ਰੱਖਦਾ ਕਿ ਮੈਂ ਕੁਝ ਕਰੀ ਜਮਾ ਜੀ ਕੁਝ ਕਰੀ ਜਮਾਂ ਦੇ ਵਿੱਚੋਂ ਮੇਰਾ ਆਪਣਾ ਆਪ ਸੰਭਲਣਾ ਬਹੁਤ ਪਿਆ ਹਮ ਆਨੈਸਟਲੀ ਕਿ ਮੇਰੇ ਕਿਤਾਬਾਂ ਨੇ 10 ਕਿਤਾਬਾਂ ਮੇਰੀਆਂ ਜਾਂ ਮੈਂ ਐਡਿਟ ਕੀਤੀਆਂ ਜਾਂ ਜੋ ਕੰਮ ਮੈਂ ਕਰਨਾ ਚਾਹੁੰਦਾ ਆ ਗਈਆਂ ਇੰਨੀਆਂ ਕੁ ਹੋਰ ਨਹੀਂ ਤੋਂ ਵੱਧੇ ਹੋਣ ਗਿਆ ਬਲਕਿ ਜਿਹਨਾਂ ਦੇ ਗੱਧ ਬਚਾਲਾ ਜਾ ਹੋਇਆ ਪਿਆ ਕੁਝ ਮੈਂ ਰੈਗੂਲਰ ਸੋਸ਼ਲ ਮੀਡੀਆ ਤੇ ਕਰਨਾ ਚਾਹੁੰਦਾ ਹਾਂ ਕੁਝ ਮੈਂ ਫਿਲਮਾਂ ਕਰਨੀ ਚਾਹੁੰਦਾ ਹਾਂ ਤਿੰਨ ਇੱਕ ਫਿਲਮਾਂ ਮੇਰੇ ਮਾਈਂਡ ਚ ਨੇ ਉਦੋਂ ਬਈ ਮੈਂਰ ਬੜਾ ਮੌਜੀ ਤੇ ਸ਼ੌਕੀਂ ਬੰਦਾ ਮੈਂ ਬਹੁਤਾ ਮੈਂ ਕੋਈ ਫਿਲਮ ਇਹ ਬੰਦੇ ਕਹਿੰਦੇ ਤੁਸੀਂ ਫਰਾਂਣੇ ਨੂੰ ਦੇ ਦਿਓ ਫਿਲਮ ਮੈਂ ਹਾਂ ਮੈਂ ਇੰਨਾ ਵੀ ਨਹੀਂ ਹੁਣ ਫਿਲਮ ਵਾਲੀ ਗੱਲ ਤੋਂ ਫੇਰ ਗੱਲ ਆ ਗਈ ਫਿਰ ਬੱਬੂ ਮਾਨ ਨਾਲ ਇੱਕ ਕਲੈਬਰੇਸ਼ਨ ਹੋਊਗੀ ਜਾਂ ਕੁਝ ਹੋਰ ਵੀ ਹੋ ਸਕਦਾ ਮੇਰੀ ਉਹਦੇ ਨਾਲ ਬਣ ਜਾਂਦੀ ਹੈ ਜੀ ਜੀ ਸਾਡੀ ਸੈਟਿੰਗ ਜੀ ਉਹ ਆ ਜਾਂਦੀ ਹੈ ਉਹਨੂੰ ਮੇਰੀ ਗੱਲ ਸਮਝ ਆਉਂਦੀ ਹੈ ਉਹ ਮੈਨੂੰ ਉਹਦੀ ਆ ਜਾਂਦੀ ਹੈ ਹਾਂ ਆਏ ਨਹੀਂ ਮੈਂ ਇਹ ਕਹਿੰਦਾ ਕਿ ਮੇਰੀ ਹੋਰ ਕਿਸੇ ਨਾਲ ਕੋਈ ਮੇਰੀ ਮੇਰੀ ਸਾਰਿਆਂ ਨਾਲ ਹੀ ਬਹੁਤ ਵਧੀਆ ਜੀ ਜੀ ਸਾਰੇ ਬੰਦੇ ਬਹੁਤ ਅਦਰ ਕਰਦੇ ਨੇ ਮੇਰਾ ਪਿਆਰ ਕਰਦੇ ਨੇ ਹੋਰ ਕਿਸੇ ਨਾਲ ਵੀ ਕਰੀ ਜਾ ਸਕਦੀ ਹੈ ਪਰ ਬੱਬੂ ਨਾਲ ਬਹੁਤੀਆਂ ਫਿਲਮਾਂ ਹੋਣ ਦਾ ਜਾ ਕਾਰਨ ਨੇ ਆ ਚਲੋ ਇੱਕ ਗੱਲ ਖਾਸ ਦੱਸ ਦਈਏ ਮਾਸਟਰ ਜੀ ਜਿੰਨੇ ਜਿਹੜੀ ਅੱਜ ਪੱਗ ਬੰਨੀ ਹੋਈ ਉਹ 3 ਮਿੰਟ ਚ ਬੰਨੀ ਹੈ ਗੁਰਸ਼ਰਨ ਸਿੰਘ ਪਾਜੀ ਹੋਰਾਂ ਨੇ ਕਹਿੰਦੇ ਸਾਨੂੰ ਸਿਖਾਇਆ ਵੀ 3 ਮਿੰਟ ਚ ਪੱਗ ਬੰਨਣੀ ਆ ਪਾਜੀ ਪਾਜੀ ਇਹ 3 ਮਿੰਟ ਤੋਂ ਵੱਧ ਨਹੀਂ ਲੱਗਣੇ ਚਾਹੀਦੇ ਉਹ ਨਾਟਕ ਦੇ ਵਿੱਚ ਹੁੰਦੀ ਸੀ ਲੋੜ ਤੇ ਉਹ ਆਦਤ ਬਣ ਕੇ ਰਹਿਣਾ ਜੀ ਮੇਰੇ ਕਈ ਵਾਰ ਤਾਂ 3 ਵੀ 3 ਮਿੰਟ ਚ ਪੂਣੀ ਵੀ ਨਹੀਂ ਹੁੰਦੀ ਬਿਲਕੁਲ ਗੁਰਸ਼ਰਨ ਪਾਜੀ ਹੋਰਾਂ ਨੇ ਕਿੰਨਾ ਸਮਾਂ ਬਤੀਤ ਕੀਤਾ ਗੁਰਸ਼ਰਨ ਪਾਜੀ ਹੋਰਾਂ ਨਾ ਵੀ ਗੁਰਸ਼ਰਨ ਸਿੰਘ ਹੋਰੀ ਮੇਰੇ ਪ੍ਰੇਰਨਾ ਸਰੋਤ ਨੇ ਮੈਂ ਉਹਨਾਂ ਦੇ ਨਾਲ ਐਜ ਟੀਮ ਬਹੁਤਾ ਕੰਮ ਨਹੀਂ ਕਰ ਸਕਿਆ ਹੂੰ ਪਰ ਉਹਨਾਂ ਨੂੰ ਦੇਖਦੇ ਆਂ ਜੀ ਉਹਨਾਂ ਨਾਲ ਜੁੜਦੇ ਆਂ ਉਹਨਾਂ ਨੂੰ ਫੋਲੋ ਕਰਦੇ ਆਂ ਜੀ ਆਪਣਾ ਤਰੀਕਾ ਵੀ ਲੱਭਿਆ ਆਪਣਾ ਤਰੀਕਾ ਵੀ ਕਰਿਆ ਜੀ ਪਰ ਇੱਕ ਚੀਜ਼ ਹੈ ਕਿ ਗਰਸ਼ਰਨ ਜੋ ਹੈ ਜੀ ਥੀਏਟਰ ਦੇ ਵਿੱਚ ਆਇਨਾ ਕੋ ਵੀ ਮਾਂ ਬਾਕਿਆਂ ਨੂੰ ਕੁਮਾਰਾ ਦਿਖਾਉਣਾ ਉਹ ਬਹੁਤ ਵੱਡੀ ਜਗ੍ਹਾ ਤੇ ਬੈਠਾ ਥੀਏਟਰ ਪਰਸਨ ਦੇ ਤੌਰ ਜੀ ਜੀ ਉਹਦੀ ਆਪਣੀ ਆਵਾਜ਼ ਉਹਦੀ ਆਪਣੀ ਸੋਚ ਨਾਟਕ ਕਰਨ ਦੀ ਕਨਸਟੈਂਟਲੀ ਨਾਟਕ ਕਰਦੇ ਜਾਣਾ ਗਰਸ਼ਨ ਸਿੰਘ ਦੇ ਨਾਲ ਜਿਉਂ ਦੇਖਿਆ ਜਾਵੇ ਤਾਂ ਮੇਰੇ ਖਿਆਲ ਆ ਕਿ 74 75 ਤੋਂ ਮੈਂ ਨਾਟਕ ਕਰਦਾ ਆਪਣੀ ਟੀਮ ਮੈਂ ਆਪਣੀ ਬਣਾ ਲਈ ਸੀ ਜੀ ਤੇ ਉਦੋਂ ਕੁਦੀਪਾ ਜੀ ਦੇ ਨਾਲ ਚੱਲੇ ਹੋਏ ਆ ਉਹਨਾਂ ਦੇ ਆਖਰੀ ਸਾਹ ਤੱਕ ਅਸੀਂ ਇਕੱਠੇ ਰਹੇ ਤੇ ਆਖਰੀ ਸਾਹ ਹਉਣ ਤੋਂ ਬਾਅਦ ਵੀ ਅੱਜ ਤੱਕ ਅਸੀਂ ਇਕੱਠੇ ਹੀ ਆ ਚਲੋ ਬਹੁਤ ਧੰਨਵਾਦ ਮਾਸਟਰ ਤਰਲੋਚਨ ਸਿੰਘ ਜੀ ਸਮਾਂ ਦੇਣ ਦੇ ਲਈ ਵਾਹ ਜੀ ਵਾਹ ਸੋ ਮਾਸਟਰ ਤਰਲੋਚਨ ਸਿੰਘ ਨਾਲ ਹਲੇ ਗੱਲਾਂ ਹੋਰ ਵੀ ਬਹੁਤ ਕਰਨੀਆਂ ਸਨ ਪਰ ਸਮਾਂ ਕਹਿੰਦੇ ਇਜਾਜ਼ਤ ਨਹੀਂ ਦਿੰਦਾ ਅਗਲੀ ਵਾਰ ਫੇਰ ਜ਼ਰੂਰ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿਉਂਕਿ ਮਾਸਟਰ ਤਰਲੋਚਨ ਸਿੰਘ ਸਾਨੂੰ ਲੱਗਦਾ ਹੈ ਕਿ ਇਕਲੇ ਸ਼ਖਸ ਨੇ ਇੱਕ ਇੰਸਟੀਚਿਊਟ ਨੇ ਜਿਹੜੇ ਬਹੁਤ ਯੋਗਤਾ ਰੱਖਦੇ ਨੇ ਚਾਹੇ ਉਹ ਰੰਗਮੰਚ ਦੇ ਕਲਾਕਾਰ ਵੱਜੋਂ ਹੋਵੇ ਨਾਟਕਕਾਰ ਵੱਜੋਂ ਹੋਵੇ ਫਿਲਮ ਦੇ ਲੇਖਕ ਦੇ ਵੱਜੋਂ ਹੋਵੇ ਜਾਂ ਕਿਤਾਬਾਂ ਲਿਖਣ ਨੂੰ ਲੈ ਕੇ ਹੋਵੇ ਜਾਂ ਅਨਵਾਦ ਹੋਵੇ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਹੋਵੇ ਬਹੁਤ ਕੁਝ ਜਾਂ ਤਰਕਸ਼ੀਲ ਆਗੂ ਦੇ ਵੱਜੋਂ ਉਹ ਸਭਿਆਚਾਰਕ ਮੰਚ ਦੇ ਪ੍ਰਧਾਨ ਦੇ ਵੱਜੋਂ ਵੀ ਵਿਚਰੇ ਰਹੇ ਨੇ ਬਹੁਤ ਕੁਝ ਮਾਸਟਰ ਤਰਲੋਚਨ ਸਿੰਘ ਆਪਣੇ ਦੇ ਵਿੱਚ ਸਮੋਈ ਬੈਠੇ ਨੇ ਸੋ ਸਾਡੀ ਆਸ ਇਹੀ ਹੈ ਸਾਡੀ ਸ਼ੁਭਕਾਮਨਾਵਾਂ ਹਮੇਸ਼ਾ ਉਹਨਾਂ ਦੇ ਨਾਲ ਨੇ ਇਸੇ ਤਰ੍ਹਾਂ ਉਹ ਅੱਗੇ ਵਾਧੇ ਰਹਣ ਫਿਲਹਾਲ ਇਸ ਪੇਸ਼ਕਸ਼ 'ਚ ਇਨਾ ਹੀ ਕੈਮਰਾਮੈਨ ਗगन ਅਤੇ ਪ੍ਰਵਿੰਦਰ ਸਿੰਘ ਦੇ ਨਾਲ ਰਣਬੀਰ ਸਿੰਘ ਰਾਣਾ